ਕਹਿੰਦਾ ਅਣਮੁੱਲਾ ਹੀ ਪੈ ਗਿਆ ਹੈ ਸ਼ੌਂਕ ਘੋੜਿਆਂ ਦਾ, ਪੈ ਵੀ ਗਿਆ ਹੈ ਬਹੁਤਿਆਂ ਦਾ, ਨਾ ਮਿੱਤਰਾ ਹੋਏ ਥੋੜਿਆਂ ਦਾ, ਕਰੀਏ ਸਵਾਰੀ ਤਾਂ ਹਿੱਕ 'ਚ ਵੱਜੀਏ, ਐਵੇਂ ਤਾਂ ਨੇਜੇ ਪੁੱਟਦੇ ਨਹੀਂ, ਆਪਣੇ ਰਿਕਾਰਡ ਹੁਣ ਆਪ ਹੀ ਨੇ ਤੋੜਨੇ, ਕਿਸੇ ਦੇ ਝੁਕਾਇਆ ਯਾਰ ਝੁਕਦੇ ਨਹੀਂ, ਆਪਣੇ ਰਿਕਾਰਡ ਹੁਣ ਆਪ ਹੀ ਨੇ ਤੋੜਨੇ, ਕਿਸੇ ਦੇ ਝੁਕਾਇਆ ਯਾਰ ਝੁਕਦੇ ਨਹੀਂ। ਅੱਜ ਦੀ ਵੀਡੀਓ ਦੇ ਵਿੱਚ ਤਿੰਨ ਕਿਸਾਨ ਘੋੜੇ ਲੈ ਕੇ ਆਏ ਹਾਂ ਤੁਹਾਡੇ ਲਈ, ਇੱਕ ਤਾਂ ਹੈ ਜੀ ਨੁਕਰਾ ਰੁਸਤਮ ਘੋੜਾ, ਇੱਕ ਹੈਗਾ ਹੈ ਜੀ ਆਹ ਮਾਰਵਾੜੀ ਘੋੜਾ, ਇਹ ਵੀ ਨਵਾਂ ਨਵਾਂ ਲਿਆਏ ਆ, ਅਤੇ ਪਹਿਲਾਂ ਰੁਸਤਮ ਵੀ ਨਵਾਂ ਨਵਾਂ ਲਿਆਏ ਆ, ਅਤੇ ਇੱਕ ਆਹ ਘੋੜਾ ਹੈ ਜੀ ਇਹਨਾਂ ਕੋਲ ਸਿਕੰਦਰ, ਇਹ ਘੋੜੇ ਦਾ ਵੀ ਵੱਡਾ ਰੁਤਬਾ ਹੈ, ਬਹੁਤ ਸੋਹਣਾ ਨਾਂ ਬਣਾਉਣ ਦੇ ਵਿੱਚ ਕਾਮਯਾਬ ਘੋੜਾ ਹੋਇਆ, ਇਹਦੇ ਵੀ ਬੱਚੇ ਬਹੁਤ ਹੀ ਟੌਪ ਕਲਾਸ ਆਏ ਹੈ, ਇੱਕ ਤਾਂ ਬੱਚੇ ਦਾ ਆਹ ਵੇਖੋ ਜੀ ਤੁਹਾਨੂੰ ਚਿਹਰਾ ਵਿਖਾ ਦਿੰਦੇ ਹਾਂ, ਸੋਹਣਾ ਸੁਨੱਖਾ ਬੱਚਾ ਇਸੇ ਘੋੜੇ ਦਾ ਹੀ ਹੈ ਸਿਕੰਦਰ ਦਾ, ਇੱਦਾਂ ਦੀ ਟੌਪ ਬਰੀਡ ਸਿਕੰਦਰ ਨੇ ਪੈਦਾ ਕੀਤੀ ਹੈ, ਅੱਗੇ ਬਹੁਤ ਹੀ ਜ਼ਿਆਦਾ ਚੰਗੇ ਚੰਬੀਆਂ ਘੋੜੀਆਂ ਤੋਂ ਵੀ ਨੁਕਰੇ ਬੱਚੇ ਤੁਹਾਨੂੰ ਵੀਡੀਓ 'ਚ ਵਿਖਾਉਂਦੇ ਹਾਂ। ਆਹ ਹੈ ਲਾਲ ਪਰਨੇ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡਾ ਵੱਡਾ ਵੀਰ ਬਾਈ ਬਘੇਲ ਸਿੰਘ, ਅਤੇ ਨਾਲ ਇਹ ਵੀਰਾ ਹਰਪਾਲ, ਅਤੇ ਬਾਈ ਨੂੰ ਕਹਿੰਦੇ ਆ ਵੀ ਸਟਾਲੀਅਨ ਤਾਂ ਬਾਈ ਦੇ ਕੋਲ ਤਿੰਨ ਆ ਗਏ ਹੈ, ਅਤੇ ਨਾਲ ਨਾਲ ਵੀਰ ਕਬੱਡੀ ਦੇ ਵਿੱਚ ਵੀ ਚੰਗਾ ਨਾਂ ਬਣਾ ਰਿਹਾ, ਉਹਦੇ ਬਾਰੇ ਵੀ ਗੱਲਬਾਤ ਆਪਾਂ ਕਰਨੀ ਹੈ। ਪਹਿਲਾਂ ਆਪਾਂ ਇਹ ਕਰਦੇ ਹਾਂ ਗੱਲਬਾਤ ਇਸ ਘੋੜੇ ਤੋਂ, ਇਹ ਬਹੁਤ ਹੀ ਸੋਹਣਾ ਸੁਨੱਖਾ ਘੋੜਾ, ਨਾਂ ਵੀਰ ਹੋਣਾ ਨੇ ਰੱਖਿਆ ਹੈ ਜੀ ਰੁਸਤਮ, ਅਤੇ ਸੁਨੱਖੇਪਨ ਦੇ ਨਾਲ ਨਾਲ ਇਹਦੀ ਮਜ਼ਬੂਤੀ ਵੀ ਠਾਠਾ ਮਾਰਦੀ ਹੈ, ਟਾਲੀ ਦੇ ਮੋਢ ਵਰਗਾ ਸਰੀਰ ਹੈ, ਅਤੇ ਇਹਦਾ ਬਾਪ ਹੈਗਾ ਸੱਜਣੋ ਬਿੱਲਾ ਘੋੜਾ ਸੂਰੇ ਵਾਲੀ ਲਾਈਨ ਦਾ, ਹਾਈਟ ਹੈਗੀ ਇਸ ਟਾਈਮ ਇਹਦੀ 66+, ਉਮਰ ਹੈਗੀ ਹੈ 4.5 ਸਾਲ। ਬਾਕੀ ਸਾਰੀਆਂ ਗੱਲਾਂ ਬਾਤਾਂ ਆਪਾਂ A to Z ਭਰਾਵਾਂ ਕੋਲੋਂ ਹੀ ਪੁੱਛਣੀਆਂ। ਹੁਣ ਨਵੀਂ ਨਵੀਂ ਐਂਟਰੀ ਇਹਦੀ ਫਾਰਮ 'ਤੇ ਹੋਈ ਹੈ, ਦੋ ਘੋੜੇ ਹੁਣ ਨਵੇਂ ਲਿਆਏ, ਇੱਕ ਤਾਂ ਇਹ ਨੁਕਰਾ ਹੈ, ਇੱਕ ਆਹ ਜਿਹੜਾ ਮਾਰਵਾੜੀ ਘੋੜਾ ਲਿਆਏ ਨੇ ਜੀ, ਇਹ ਹੈਗਾ ਅਨਨੋਨ ਲਾਈਨ ਦਾ ਘੋੜਾ, ਬਾਈ ਕਹਿੰਦੇ ਵੀ ਆਪਾਂ ਨੂੰ ਇਹਦੇ ਬਾਪ ਦਾ ਪਤਾ ਨਹੀਂ, ਉਮਰ ਇਹਦੀ ਹੈਗੀ ਹੈ 4 to 5 ਸਾਲ, ਅਤੇ ਹਾਈਟ ਦੀ ਗੱਲਾਂ ਕਰਾਂ ਤਾਂ ਹਾਈਟ 40 ਵਾਲੀ ਹੈਗੀ ਹੈ, 64+। ਬਾਕੀ ਘੋੜਾ ਬਹੁਤ ਹੀ ਸੋਹਣਾ ਹੈ, ਪੱਕੇ ਰੰਗ ਦਾ, ਤਿੰਨ ਪੈਰ ਚਿੱਟੇ, ਮੱਥੇ ਫੁੱਲ ਹੈ, ਮੀਟਿੰਗ ਲਈ ਇਹ ਵੀ ਓਪਨ ਹੈ, ਛੋਟਾ ਕੰਨ ਹੈ, ਅਤੇ ਕੁੰਡੀਦਾਰ ਕਹਿ ਦਈਏ ਵੀ ਧੋਣ ਲੱਗੀ ਹੈ। ਆਹ ਹੈਗਾ ਇਹਨਾਂ ਦੇ ਫਾਰਮ ਦੀ ਸ਼ਾਨ ਘੋੜਾ ਸਿਕੰਦਰ, ਜਿਹਦੀ ਮੈਂ ਤੁਹਾਨੂੰ ਪਹਿਲਾਂ ਬੱਚਾ ਵਿਖਾ ਕੇ ਹਟਿਆ। ਇਹ ਘੋੜੇ ਨੇ ਵੀ ਚੰਬੀਆਂ ਘੋੜੀਆਂ ਤੋਂ ਕਹਿ ਦਈਏ ਵੀ ਬਹੁਤ ਹੀ ਸੁਨੱਖੇ ਕੁੰਡੀ ਵਾਲਾ ਕੰਨ ਅਤੇ ਮਜ਼ਬੂਤ ਬੱਚੇ ਪੈਦਾ ਕੀਤੇ ਆ, ਉਹ ਵੀ ਵਾਰੀ ਵਾਰੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ। ਅਤੇ ਇਹ ਘੋੜੇ ਦਾ ਵੀ ਪਿੱਠ ਪੁੜਾ ਵੇਖੋ, ਇਹਦੀ ਗਰਦਨ, ਇਹਦੀ ਮਜ਼ਬੂਤੀ, ਇਹਦਾ ਸੁਨੱਖਾਪਨ, ਇਹ ਹੈਗਾ ਘੋੜੇ ਭਾਗਸਰ ਵਾਲੇ ਸੁਲਤਾਨ ਦਾ ਪੁੱਤ, ਉਮਰ ਇਹਦੀ ਹੈਗੀ ਹੈ 5 ਸਾਲ, ਅਤੇ ਹਾਈਟ 66+ ਹੈ ਸੱਜਣੋ। ਬਾਕੀ ਬਹੁਤ ਹੀ ਸੋਹਣਾ ਗਿਫਟ ਕੀਤਾ ਹੈ ਵੀਰ ਸਾਡੇ ਡੈਨੀ ਗੁੱਜਰ ਨੌਰਵੇ ਵਾਲੇ ਭਰਾ ਨੇ, ਆਹ ਕਾਠੀ ਭੇਜੀ ਹੈ ਭਰਾਵਾਂ ਦੇ ਲਈ, ਅਤੇ ਇਹਦੇ ਬਾਰੇ ਗੱਲਬਾਤ ਵੀ ਕਰਨੀ ਹੈ। ਸੋ ਬਾਈ ਹੋਰਾਂ ਦਾ ਵੀ, ਡੈਨੀ ਗੁੱਜਰ ਸਾਹਿਬ ਦਾ ਵੀ ਧੰਨਵਾਦ ਹੈ, ਬਹੁਤ ਹੀ ਪਿਆਰੇ ਮਿੱਤਰ ਨੇ ਸਾਡੇ, ਇਸ ਟਾਈਮ ਨੌਰਵੇ ਪੈਰਸ ਦੇ ਵਿੱਚ ਨੇ, ਅਤੇ ਵੀਰ ਹੁਣੀ ਵੀ ਕਿਤੇ ਨਾ ਕਿਤੇ ਗੇੜਾ ਮਾਰਨ ਇੰਡੀਆ ਦੇ ਵਿੱਚ ਆਉਂਦੇ ਰਹਿੰਦੇ ਹੈ। ਬਾਕੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਸਾਰੀਆਂ ਘੁੰਡੀਆਂ ਫਰੋਲਣੀਆਂ, ਘੋੜੇ ਵਿਖਾਉਣੇ ਆ ਭਰਾਵਾਂ ਦੇ, ਅਤੇ ਵੀਡੀਓ ਬਹੁਤ ਸ਼ਾਨਦਾਰ ਬਣੀ ਹੈ, ਸਾਰੀ ਦੇਖ ਕੇ ਜਾਇਓ। ਆਹ ਜਿਹੜਾ ਬਛੇਰਾ ਤੁਹਾਨੂੰ ਮੈਂ ਪਹਿਲਾਂ ਵਿਖਾਇਆ ਸੀ ਸਟਾਰਟਿੰਗ 'ਚ, ਇਹਨਾਂ ਦੱਸਦਾ ਕਿ ਡੈਨੀ ਗੁੱਜਰ ਸਾਹਿਬ ਹੈ ਜਿਹੜੇ, ਉਹਨਾਂ ਦਾ ਬਛੇਰਾ ਹੈ ਸਿਕੰਦਰ ਦਾ, ਖਰੀਦ ਲਿਆ ਉਹਨਾਂ ਨੇ, 11 ਮਹੀਨੇ ਦੀ ਉਮਰ ਹੈ, ਅਤੇ 60+ ਦੀ ਹਾਈਟ ਹੋ ਗਈ, ਅਤੇ ਬਾਈ ਹੋਣਾ ਕੋਲ ਇਹ ਇੱਕ ਇਮਾਨਤ ਦੇ ਤੌਰ 'ਤੇ ਖੜਾ ਹੈ। ਬਾਕੀ ਵੀਡੀਓ ਚੰਗੀ ਲੱਗੇ ਤਾਂ ਗੱਲਾਂ ਬਾਤਾਂ ਚੰਗੀਆਂ ਲੱਗਣ, ਅਤੇ ਭਾਈ ਸ਼ੇਅਰ ਦੱਬ ਕੇ ਕਰੀ ਚੱਲਿਓ, ਸਪੋਰਟ ਕਰਿਓ ਭਰਾਵਾਂ ਨੂੰ, ਇਕੱਲੀ ਇਕੱਲੀ ਗੱਲ ਆਪਾਂ ਰੀਜਨਾਂ ਤੁਹਾਨੂੰ ਦੱਸਦੇ ਹਾਂ। ਬਾਕੀ ਜਿਨ੍ਹਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ, ਸੋਹਣੇ ਕਮੈਂਟ ਕਰੇ, ਉਹਨਾਂ ਵੀਰਾਂ 'ਚ ਕੁਝ ਭਰਾਵਾਂ ਦੇ ਨਾਮ ਨੇ ਜੀ, ਜਤਿੰਦਰ ਬਲ, ਮਨੀਸ਼ ਸਿੰਘ, ਸ਼ੈਰੀ ਬਿਹਾਲ, ਮਨਿੰਦਰ ਕੁਮਾਰ, ਪੱਪੂ ਬਰਾੜ ਪੰਚ, ਜੈਵੀਦ ਇਕਬਾਲ, ਦਿਲਬਾਗ ਸਿੰਘ, ਸਤਨਾਮ ਮੱਲੀ, ਅਮਰਿੰਦਰ ਸਿੰਘ ਗਿੱਲ, ਗੁਰਨਾਮ ਸਿੰਘ ਠੇਕੇਦਾਰ, ਅਕਬੀ ਖਾਨ, ਜਰਨੈਲ ਸਿੰਘ, ਸਿੰਘ ਭੰਗੂ, ਬੇਅੰਤ ਸਿੰਘ ਬਾਗਰੀ,
ਕਮਲਪ੍ਰੀਤ ਸਿੰਘ, ਸਾਬੀ ਜੰਮੂ, ਸੁਖਵਿੰਦਰ ਸੰਧੂ, ਹਰਜੀਤ ਸੰਧੂ, ਪਰਮਿੰਦਰ ਸਿੰਘ, ਆ ਜਾਓ ਕਰਦੇ ਹਾਂ ਗੱਲਬਾਤ, ਮਿਲਦੇ ਹਾਂ ਭਰਾਵਾਂ ਨੂੰ, ਸਾਰੀਆਂ ਠੰਡੀਆਂ ਤੱਤੀਆਂ ਜਾਣਕਾਰੀਆਂ ਲੈਂਦੇ ਹਾਂ, ਵੀਡੀਓ ਨਾਲ ਦੀ ਨਾਲ ਸ਼ੇਅਰ ਕਰੀ ਚੱਲਿਓ, ਆ ਜਾਓ ਕਰਦੇ ਹਾਂ ਗੱਲਬਾਤ, ਧੰਨਵਾਦ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਮ ਤੋਂ ਖਾਸ ਚੈਨਲ ਵੇਖ ਰਹੇ ਸਾਰੇ ਸੂਝਵਾਨ ਸਰੋਤਿਆਂ ਦਾ, ਸਾਰੇ ਭਰਾਵਾਂ ਦਾ, ਸਾਰੇ ਸੱਜਣਾ ਮਿੱਤਰਾਂ ਦਾ, ਇੱਕ ਵਾਰੀ ਤੋਂ ਫਿਰ ਤੁਹਾਡੇ ਆਪਣੇ ਚੈਨਲ ਆਮ ਤੋਂ ਖਾਸ 'ਤੇ ਮੈਂ ਸੁੱਖ ਸੰਧੂ ਮਾਣ ਸਤਿਕਾਰ ਤੇ ਆਪਣਾ ਸਵਾਗਤ ਕਰਦਾ ਹੈ। ਅਤੇ ਜੀਆਂ ਆਖਦਾ ਹੈ, ਜਿਹੜੇ ਦੋਸਤ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ, ਉਹਨਾਂ ਭਰਾਵਾਂ ਦਾ ਵੀ, ਉਹਨਾਂ ਸੂਝਵਾਨ ਸਰੋਤਿਆਂ ਦਾ ਵੀ ਸਵਾਗਤ ਕਰਦੇ ਹਾਂ ਅਤੇ ਜੀਆਂ ਆਖਦੇ ਹਾਂ। ਸੱਜਣੋ, ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਚਾਰ ਨਗੀਨੇ ਵਿਖਾ ਕੇ ਹਟਿਆ, ਜਿਨ੍ਹਾਂ ਦੇ ਵਿੱਚੋਂ ਤਿੰਨ ਟੌਪ ਸਾਨ ਟੌਪ ਸਟਾਲੀਅਨ ਘੋੜੇ ਆ, ਜਿਨ੍ਹਾਂ ਨੇ ਆਪਣਾ, ਜਿੱਤੋਂ ਇੱਕ ਤਾਂ ਸਿਕੰਦਰ ਹੈ ਜਿਹਨੇ ਵੱਡਾ ਨਾਂ ਆਪਣਾ ਸਾਬਤ ਕਰਨ ਦੇ ਵਿੱਚੋਂ ਕਾਮਯਾਬ ਹੋਇਆ, ਬਹੁਤ ਚੰਗੇ ਬੱਚੇ ਆਏ ਆ, ਬਹੁਤ ਚੰਗੇ ਰਿਜ਼ਲਟ ਆਏ ਆ, ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਉਣੇ ਆ। ਅਤੇ ਦੋ ਐਂਟਰੀਆਂ ਭਰਾਵਾਂ ਨੇ ਇੱਥੇ ਨਵੀਆਂ ਮਰਾਈਆਂ ਆ ਆਪਣੇ ਫਾਰਮ 'ਤੇ, ਇੱਕ ਮਾਰਵਾੜੀ ਹੈ ਅਤੇ ਇੱਕ ਨੁਕਰਾ, ਇੱਕ ਇਹਨਾਂ ਦੇ ਵਿੱਚ ਬਛੇਰਾ। ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਆਪਾਂ ਪਹੁੰਚੇ ਹਾਂ ਪਿੰਡ ਗਦਾਈਕੇ ਆ, ਅਤੇ ਜ਼ਿਲ੍ਹਾ ਪੈ ਜਾਂਦਾ ਵੀਰਾਂ ਨੂੰ ਤਰਨ ਤਾਰਨ, ਅਤੇ ਤਹਿਸੀਲ ਪੈ ਜਾਂਦੀ ਹੈ ਪੱਟੀ। ਬਹੁਤ ਹੀ ਥਪਾਕ ਵਾਲੇ ਬੰਦੇ ਹੈ, ਗੁਰੂ ਸਾਹਿਬਾਨ ਸੰਤਾਂ ਮਹਾਂਪੁਰਸ਼ਾਂ ਨਾਲ ਜੁੜੇ ਹੋਏ ਬੰਦੇ ਹੈ, ਅਤੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇਹਨਾਂ ਨੇ ਇਹ ਘੋੜਿਆਂ ਦੀ ਸੇਵਾ ਕਰ ਰਹੇ ਆ, ਸੰਭਾਲ ਕਰ ਰਹੇ ਆ। ਆਪਣੇ ਨਾਲ ਨੇ ਸਰਦਾਰ ਬਘੇਲ ਸਿੰਘ ਜੀ, ਉਹਨਾਂ ਦੇ ਫਾਦਰ ਸਾਹਿਬ ਨੇ ਸਰਦਾਰ ਸੁਖਵਿੰਦਰ ਸਿੰਘ ਜੀ, ਨਾਲ ਆਪਣਾ ਵੀਰ ਬੈਠਾ ਹੈ ਬਾਈ ਹਰਪਾਲ, ਅਤੇ ਮਗਰ ਬੈਠਾ ਵੀਰ ਮਗਰ ਆਪਣਾ ਭਰਾ ਬੈਠਾ ਹੈ ਬਾਈ ਹਰਦੇਵ ਸਿੰਘ। ਪਹਿਲਾਂ ਭਰਾਵਾਂ ਦਾ ਕਰ ਲੈਂਦੇ ਹਾਂ ਸਵਾਗਤ, ਅਤੇ ਫਿਰ ਸਾਰੀਆਂ ਜਾਣਕਾਰੀਆਂ ਦੇਣੀਆਂ। ਵੀਡੀਓ ਬਹੁਤ ਹੀ ਘੈਂਟ ਬਣੀ ਆ, ਬਹੁਤ ਜ਼ਬਰਦਸਤ ਗੱਲਾਂ ਹੋਣ ਵਾਲੀਆਂ, ਇਕੱਲੀ ਇਕੱਲੀ ਗੱਲ ਧਿਆਨ ਨਾਲ ਸੁਣਿਓ, ਅਤੇ ਵੀਡੀਓ ਚੰਗੀ ਲੱਗੇ ਤਾਂ ਦੋ ਕੰਮ ਜਿਹੜੇ ਆਪਾਂ ਕਰਨੇ ਆ ਉਹ ਕਰ ਦਿਓ। ਇੱਕ ਤਾਂ ਫੋਨ ਲਾ ਕੇ ਭਰਾਵਾਂ ਨੂੰ ਵਧਾਈਆਂ ਦੇ ਦਿਓ, ਜੇ ਘੋੜੀ ਭਰਾਉਣੀ ਆ ਤਾਂ ਉਹ ਤੁਹਾਨੂੰ ਡਿਟੇਲ ਫੀਸ ਸਾਰਾ ਕੁਝ ਦੱਸ ਦਿੰਦੇ ਆ, ਉਹ ਭਰਾ ਲਿਓ। ਅਤੇ ਇੱਕ ਸਭ ਤੋਂ ਵੱਡਾ ਕੰਮ ਹੈ ਜੀ, ਜਿਹੜਾ ਵੀਡੀਓ ਸ਼ੇਅਰ ਕਰ ਦਿਓ। ਪਹਿਲਾਂ ਭਰਾਵਾਂ ਦਾ ਸਵਾਗਤ ਕਰਦੇ ਹਾਂ, ਫਿਰ ਗੱਲਾਂ ਬਾਤਾਂ ਕਰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਹੋਰ ਬਘੇਲ ਸਿੰਘ ਜੀ, ਕਿਵੇਂ ਹੋ? ਵਧੀਆ ਸਰ, ਵਧੀਆ। ਕਿਵੇਂ ਚੱਲ ਰਹੀ ਲਾਈਫ ਅੱਜ ਕੱਲ੍ਹ ਦੀ? ਲਾਈਫ ਬਹੁਤ ਵਧੀਆ। ਮੈਂ ਸੁਣਿਆ ਵੀ ਨਾਲ ਕਹਿੰਦੇ ਵੀ ਘੋੜਾ ਸਾਹਣ ਤੇ ਪੁੱਤ ਭਲਵਾਨ ਔਖਾ ਤੇ ਹੁੰਦਾ ਕੰਮ, ਕਹਿੰਦੇ ਵੀ ਨਾਲ ਭਲਵਾਨੀ ਵੀ ਘੋੜਿਆਂ ਦੇ ਨਾਲ ਸ਼ੁਰੂ ਕਰ ਲਈ। ਕਬੱਡੀ ਦੀ ਗੇਮ ਆ ਜੀ ਨਾਲ। ਹਾਂਜੀ, ਕਬੱਡੀ ਸ਼ੁਰੂ ਕਰੀ ਨੂੰ ਬਾਈ ਕਿੰਨਾ ਕੁ ਚਿਰ ਹੋ ਗਿਆ? ਕਬੱਡੀ ਬਾਈ ਮੈਂ ਸਟਾਲੀਅਨ ਲੈਣ ਤੋਂ ਪਹਿਲਾਂ ਸ਼ੁਰੂ ਕਰੀ ਸੀ, ਤੇ ਬਾਅਦ ਚ ਜਦੋਂ ਸਟਾਲੀਅਨ ਚ ਪੈ ਗਏ ਫਿਰ ਛੱਡਦੀ। ਹੁਣ ਫੇਰ ਐਂਟਰੀ ਮਾਰ ਲਈ, ਫੇਰ ਦੁਬਾਰਾ ਹੁਣ ਖੇਡ ਰਹੇ ਹਾਂ ਫਿਰ? ਹਾਂ, ਵਧੀਆ ਠੀਕ ਤੇ ਕੰਮ ਚੱਲੀ ਜਾਂਦਾ। ਸ਼ੁਕਰ ਹੈ, ਸ਼ੁਕਰ ਹੈ ਮਾਲਕ ਦਾ, ਐਤਕੀ ਸੀਜ਼ਨ ਵਧੀਆ ਖੇਡਦੇ ਪਏ। ਜਿੱਦਾਂ ਬਾਈ ਔਖਾ ਨਹੀਂ ਲੱਗਦਾ ਕੰਮ? ਵੀ ਜਿੱਦਾਂ ਇੱਕ ਤਾਂ ਘੋੜਿਆਂ ਦੀ ਖੁਰਾਕ, ਘੋੜਿਆਂ ਦੀ ਸੇਵਾ ਸੰਭਾਲ, ਫਿਰ ਆਪਣੇ ਸਰੀਰ ਦੀ ਸੇਵਾ ਸੰਭਾਲ, ਆਪਦੀ ਖੁਰਾਕ, ਟਾਈਮ ਦੇਣਾ, ਫਿਰ ਕਿਵੇਂ ਘੋੜਿਆਂ ਲਈ ਕਿਵੇਂ ਟਾਈਮ ਲੰਘ ਜਾਂਦਾ, ਤੇ ਗੇਮ ਲਈ ਕਿਵੇਂ? ਔਖਾ ਤਾਂ ਬਹੁਤ ਆ ਜੀ, ਔਖਾ ਤਾਂ ਬਹੁਤ ਆ। ਤੜਕੇ ਸੁਬਹਾ ਪਹਿਲਾਂ ਜਿੰਮ ਜਾਈਦਾ, ਜਿੰਮ ਆਣ ਕੇ ਮੁੜ ਕੇ ਫਿਰ ਸਟਾਲੀਅਨ ਧਿਆਨ ਦੇਈਦਾ, ਜੋ ਵੀ ਮਾਲ ਡੰਗਰ ਦਾ ਆਪਦਾ, ਤੇ ਪਾਪਾ ਉਹਨਾਂ ਦਾ ਆਪਦਾ ਕੰਮ ਆ ਮਸ਼ੀਨਰੀ ਦਾ, ਤੇ ਮੇਰਾ ਫਿਰ ਇਹ ਬਿਜ਼ਨਸ ਕਰਨ ਨਾਲ ਜਿਹੜੀ ਕਬੱਡੀ ਦੀ ਥਕਾਵਟ ਹੁੰਦੀ ਆ, ਕਈ ਯਾਰ ਹੋ ਤੇ ਜਾਂਦਾ ਵਾ, ਔਖਾ ਹੋ ਜਾਂਦਾ ਕੰਮ, ਪਰ ਫਿਰ ਚੱਲੀ ਜਾਂਦਾ, ਸਮਝ ਆਉਂਦਾ, ਤੇ ਚਲੋ ਮਿਹਨਤ ਨਾਲ ਦੁਨੀਆ ਹੋ ਜਾਂਦੀ। ਬਿਲਕੁਲ ਬਿਲਕੁਲ, ਸਟਾਲੀਅਨ ਦੇ ਨਾਲ ਮਿਹਨਤ ਬਹੁਤ ਹੋ ਜਾਂਦੀ ਹੈ, ਹੋ ਜਾਂਦੀ ਹੈ। ਬਾਕੀ ਮੈਂ ਨਾ ਬਾਈ ਜਿੱਥੋਂ ਤੱਕ ਪਰਿਵਾਰ ਨੂੰ ਜਾਣਦਾ, 2-2.5 ਸਾਲ ਮੈਨੂੰ ਵੀ ਹੋ ਗਏ ਜੁੜਿਆਂ ਨੂੰ, ਬਾਕੀ ਪਰਿਵਾਰ ਨੇ ਮਿਹਨਤ ਬੜੀ ਕੀਤੀ ਆ। ਬਾਈ ਦਾ ਕਿਰਾਏ ਦਾ ਕੰਮ ਹੈ, ਤੇ ਬਾਈ ਆਪਦੇ ਮੂੰਹੇ ਦੱਸਦਾ ਵੀ ਬਾਈ ਪਹਿਲਾਂ ਜਦੋਂ ਤੋਂ ਵੀਡੀਓ ਕਰਕੇ ਗਿਆ। ਬਾਈ ਥੋੜ੍ਹੀ ਜਿਹੀ ਉਹ ਵੀ ਸਟੋਰੀ ਦੱਸ ਦਈਏ ਆਪਾਂ, ਫਿਰ ਆਪਾਂ ਗਾਂਹ ਘੋੜਿਆਂ ਬਾਰੇ ਵੀ ਬਾਈਆਂ ਨੂੰ ਡਿਟੇਲ ਦਿੰਦੇ ਹਾਂ। ਉਦੋਂ ਤੁਸੀਂ ਆਏ ਸੀ, ਉਦੋਂ ਵੀਡੀਓ ਕਰਕੇ ਗਏ, ਉਦੋਂ ਤੁਹਾਨੂੰ ਪਤਾ ਹੀ ਆਪਣਾ ਸਰਕਲ ਜੀ, ਉਦੋਂ ਇੱਕ ਆਪਣੇ ਕੋਲ ਮੋਟਰਸਾਈਕਲ ਸੀ। ਅੱਜ ਇਸ ਟਾਈਮ ਵਾਹਿਗੁਰੂ ਦੀ ਕਿਰਪਾ ਕੀ, ਆਪਣੇ ਕੋਲ 3 ਟਰੈਕਟਰ 4 ਸਟਾਲ ਜਾਣਾ, ਵਾਹ ਜੀ ਵਾਹ, ਤੇ ਕਿਰਪਾ ਪੂਰੀ ਟੌਪ ਤੇ ਆ ਕੰਮ, ਨਾਲ ਸੰਤਾਂ ਮਹਾਂਪੁਰਸ਼ਾਂ ਦਾ, ਬਾਬਾ ਜੀ ਦਾ ਵੀ, ਬਾਬੇ ਵਿਧੀ ਚੰਦੀਆਂ ਦਾ, ਹੈ ਨਾ, 400 ਦੀ ਬੜੀ ਕਿਰਪਾ ਜੀ।
ਬਾਬੇ ਸਰਿਆਲੀ ਸਾਹਿਬ ਵਾਲੇ, ਬਾਬਾ ਸੁੱਖਾ ਸਿੰਘ ਹੋਣੀ, ਬਾਬੇ ਮਿਲਖਾ ਸਿੰਘ ਹੋਣੀ, ਬਾਬੇ ਸਤਨਾਮ ਸਿੰਘ ਹੋਣੀ, ਮੁਕਤਸਰ ਵਾਲੇ, ਸਾਧੂ ਸੰਤ ਤਕਰੀਬਨ ਸਾਰੇ ਆਪਣੇ ਨਾਲ ਬੜਾ ਪ੍ਰੇਮ ਕਰਦੇ। ਉਹਨਾਂ ਦੇ ਵੀ ਘੋੜੇ ਰੱਖੇ ਹਨਾ, ਬੜੇ ਤਗੜੇ ਸਟਾਲੀਆਂ ਬਾਬੇ ਬਿਧੀ ਚੰਨੀਆਂ ਕੋਲੇ, ਬਿਧੀ ਚੰਨੀਆਂ ਦੇ ਬਹੁਤ ਸਟਾਲੀਆਂ ਨੇ। ਬਾਬਾ ਜੀ ਹੁਣ ਅਕਸਰ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ ਜੀ। ਅੱਛਾ ਹੁਣ ਮੋਟਾ ਜਿਹਾ ਆਪਾਂ ਦੱਸ ਦਈਏ ਵੀ, ਵੈਸੇ ਤਾਂ ਭਰਾ ਜਾਣਦੇ ਹੀ ਆ ਤੁਹਾਡੇ ਬਾਰੇ ਜ਼ਿਆਦਾਤਰ, ਜਿਹੜੇ ਨਵੇਂ ਭਰਾ ਜੁੜੇ ਉਹਨਾਂ ਨੂੰ ਮਾੜਾ ਜਿਹਾ ਦੱਸ ਦਈਏ ਵੀ ਘੋੜੇ ਰੱਖਿਆ ਨੂੰ ਕਿੰਨਾ ਕੁ ਟਾਈਮ ਹੋ ਗਿਆ ਤੇ ਸ਼ੌਂਕ ਕਿਵੇਂ ਪਿਆ? ਇਹ 2012 ਤੋਂ ਰੱਖੇ ਆ ਜੀ ਘੋੜੇ ਜੀ। ਸ਼ੌਂਕ ਏਦਾਂ ਜੀ, ਆਪਣੇ ਦਲ ਪੰਥ ਦਾ ਘੋੜਾ ਸੀ ਇੱਥੇ ਕਿਸੇ ਦੇ ਘਰੇ, ਤੇ ਅਸੀਂ ਪਾਪਾ ਨੂੰ ਕਿਹਾ ਤੇ ਅਸੀਂ ਘੋੜਾ ਘਰੇ ਲੈ ਗਏ, ਤੇ ਅਸੀਂ ਚਾਰੇ ਪਿਓ ਪੁੱਤ ਜਾ ਕੇ ਉਹ ਘੋੜਾ ਘਰੇ ਲੈਂਦਾ ਜੀ। ਉਹਦੇ ਤੋਂ ਫਿਰ ਸ਼ੌਂਕ ਪੈ ਗਿਆ, ਫਿਰ ਘੋੜੀ ਲੈ ਲਈ, ਘੋੜੀ ਲੈ ਕੇ ਤੇ ਅਸੀਂ ਮੇਲੇ ਚਲੇ ਗਏ, ਦੁੱਬੜੀ ਮੇਲਾ ਸੀ ਜੀ, ਪਾਪਾ ਨੇ ਘੋੜੀ ਲੈ ਕੇ ਜਾਣਾ ਮੇਲੇ, ਅਸੀਂ ਮੇਲੇ ਗਏ ਤੇ ਉਹ ਉੱਥੇ ਸਤਨਾਮ ਵੀਰ ਹੁੰਦਾ ਦੁੱਬੜੀ ਦਾ ਜੀ, ਉਹਦੇ ਕੋਲ ਸਟਾਲੀਅਨ ਬਹੁਤ ਚੰਗਾ ਹੈ। ਉਹ ਜਦੋਂ ਉਹ ਸਟਾਲੀਅਨ ਲਾਇਆ ਘੋੜੀ ਖਲੋਤੀ, ਸਟਾਲੀਅਨ ਛਾਲਾ ਮਾਰੇ ਆਣ ਕੇ, ਫਿਰ ਮੈਂ ਕਹਿੰਦੀ ਆਪਾਂ ਤਾਂ ਘੋੜਾ ਲੈਣਾ। ਫਿਰ ਸ਼ੇਰੂ ਘੋੜਾ ਹੁੰਦਾ ਆਪਣੇ ਕੋਲ ਪਹਿਲਾਂ ਜਿਹੜਾ ਛੋਟਾ ਜੀ, ਉਹ ਅਸੀਂ ਖਰੀਦਿਆ, ਫਿਰ ਜੀ, ਫਿਰ ਉਹਦੇ ਤੋਂ ਫਿਰ ਉਸ ਤੋਂ ਬਾਅਦ 440 ਇੱਕ ਨਾ ਘੋੜਾ ਰੱਖ ਲਿਆ, ਮੁੜ ਕੇ ਘੋੜੀ ਕਿੱਥੋਂ ਰੱਖਦਾ। 10 ਤੇ 2 12 ਸਾਲ ਹੋ ਗਏ ਹਨਾ ਬਾਈ। ਹਾਂਜੀ, ਮੁੜ ਕੇ ਫਿਰ ਉਹ ਸਮਾਂ ਜਿਵੇਂ ਅਸੀਂ ਚੱਲੀ ਗਿਆ, ਉਹ ਫਿਰ ਸੇਲ ਕਰਤਾ, ਫਿਰ ਨਿਰਪਾਲ ਬਾਈ ਨੇ ਆਪਾਂ ਨੂੰ ਵਿਸ਼ੇਰਾ ਦਿੱਤਾ ਜੀ, ਉਹ ਚੰਗਾ ਸਟਾਲੀਅਨ ਤਿਆਰ ਹੋਇਆ, ਬੜੇ ਵਧੀਆ ਬੱਚੇ ਆਏ। ਉਸ ਤੋਂ ਮੁੜ ਕੇ ਫਿਰ ਸੇਲ ਪਰਚੇਜ ਦਾ ਵੀ ਨਾਲ ਬਾਈ ਬਘੇਲ ਕਰ ਲੈਂਦੇ ਆ ਮਾੜਾ ਮੋਟਾ, ਕਿਹਨਾਂ ਪਰ ਮਾੜਾ ਮੋੜ ਜਾਈ ਹੱਕ ਹੱਕ ਦਾ ਜੀ ਜੀ। ਹਾਂਜੀ, ਕਿ ਜੇ ਜਿਆਦੀ ਕਿਤੇ ਡਾਊਨ ਘੋੜੀ ਵੱਜ ਜੇ ਜੀ, ਤੇ ਸੇਵਾ ਵਾਲਾ ਕੰਮ ਆ ਕਿ ਲੈ ਲੈਣੀ ਹੈ, ਸਾਂਭ ਕੇ ਫਿਰ ਸੇਲ ਕਰ ਦੇਣਾ, ਉਹ ਵਧੀਆ ਦੇ ਜਾਂਦੀ ਹੈ ਜੀ। ਚਲੋ ਸ਼ੁਕਰ ਹੈ, ਮਿਹਨਤ ਮਿਹਨਤ ਕਰਨ ਦੇ ਵਿੱਚ ਬਾਈ ਕੋਈ ਝਿਜਕ ਨਹੀਂ, ਜਿਹੜਾ ਵੀ ਬੰਦਾ ਹਨਾ ਕਰ ਸਕਦਾ। ਹਾਂਜੀ, ਮਿਹਨਤ ਜ਼ਰੂਰੀ ਹੈ ਜੀ, ਪਹਿਲੇ ਨੰਬਰ ਤੇ ਇਹਨਾਂ ਦੀ ਸੇਵਾ ਹੈ ਜੀ, ਕਮਾਈ ਦੇ ਬਾਅਦ ਚ ਜੀ। ਹਾਂ, ਅੱਛਾ ਹੁਣ ਆਪਾਂ ਸਿਕੰਦਰ ਤੋਂ ਸਟਾਲੀਅਨ ਤੋਂ ਸਟਾਰਟ ਕਰ ਲਈਏ, ਫਾਰਮ ਦੀ ਸ਼ਾਨ ਘੋੜਾ ਹੈ, ਪਹਿਲਾਂ ਤਾਂ ਰਿਸਪੌਂਸ ਕਿੱਦਾਂ ਦਾ ਰਿਹਾ ਸੀ? ਅੱਜ ਤੋਂ ਕੋਈ 1.5 ਸਾਲ ਪਹਿਲਾਂ ਆਪਾਂ ਵੀਡੀਓ ਕਰੀ ਸੀ, ਵਧੀਆ, ਬਹੁਤ ਵਧੀਆ ਘੋੜੀਆਂ ਕਾੜੀਆਂ, ਚੰਗੀਆਂ ਮਿਹਨਤ ਹੋਈਆਂ, ਵਧੀਆ ਨਾਂ ਇਸ ਵਕਤ ਪੂਰਾ ਵਧੀਆ ਨਾਮ ਆ ਸਕਦਾ। ਹਾਂ, ਇਹ ਜਿਹੜਾ, ਕਿਉਂਕਿ ਸਿਕੰਦਰ ਆਪਣੇ ਨੇੜੇ ਤੇੜੇ 4-5 ਘੋੜੇ ਖੜੇ ਆ, ਇਹ ਜਿਹੜਾ ਆਪਣੇ ਵਾਲਾ ਸਿਕੰਦਰ ਹੈ ਕਿਹੜੇ ਨਾਂ ਤੋਂ ਮਸ਼ਹੂਰ ਹੈ ਜੀ? ਇਹ ਗਦਾਈਕੇ ਵਾਲੇ ਪਿੰਡ ਤੋਂ, ਗਦਾਈਕੇ ਵਾਲਾ ਸਟੱਡ ਫਾਰਮ ਬਘੇਲ ਵਾਲਾ ਘੋੜਾ ਸਿਕੰਦਰ, ਬਘੇਲ ਵਾਲਾ ਘੋੜਾ ਜੀ, ਤੇ ਸੁਲਤਾਨ ਦਾ ਬੱਚਾ ਭਾਗਸਰ ਵਾਲੇ ਦਾ। ਹਾਂਜੀ ਜੀ, ਇਹਦੀ ਹੁਣ ਉਮਰ ਇਸ ਟਾਈਮ ਬਾਈ ਬਘੇਲ ਕਿੰਨੀ ਹੋ ਗਈ? 5 ਸਾਲ ਦਾ ਹੋ ਗਿਆ ਜੀ। 5 ਸਾਲ ਦਾ ਹੋ ਗਿਆ, ਤੇ ਹਾਈਟ? 2 ਦੰਦ ਲਿਆ ਸੀ ਆਪਾਂ, ਤੇ ਆਪਣੇ ਕੋਲ ਤੀਜੇ ਸੂਏ ਦੀਆਂ ਘੋੜੀਆਂ ਸੂ ਗਈਆਂ ਜੀ। ਹਾਂਜੀ, ਤੇ ਇਹਦੀ ਹਾਈਟ ਕਿੰਨੀ ਇਸ ਟਾਈਮ ਜੀ? ਇਹਦੀ 6 ਇੰਚ ਹਾਈਟ ਹੈ ਜੀ, 6 ਇੰਚ ਫੱਟੀ ਵਾਲੀ, ਫੱਟੀ ਵਾਲੀ ਘੋੜਾ, ਲੰਬਾਈ 'ਚ ਬਹੁਤ ਵੱਡਾ। ਮੈਂ ਪਿਛਲੀ ਵੀਡੀਓ 'ਚ ਵੀ ਆਖਿਆ ਸੀ ਵੀ ਏਡੀ ਏਡੀ ਲੰਬਾਈ ਘੋੜਿਆਂ ਦੀ, ਚੁਣਿੰਦਾ ਘੋੜਿਆਂ ਦੀ। ਅੱਛਾ, ਜੇ ਮੈਂ ਗੱਲ ਕਰਾਂ ਫੁਲਕਾਰੀ ਫੁਲਕੂਰੀ ਵੀ ਨਹੀਂ ਹੈ ਜਿਹੜੇ। ਹਾਂ, ਅੱਛਾ ਸਪੋਟਲੈਸ ਹੈ ਆਪਣੇ ਵਾਲਾ ਸਿਕੰਦਰ ਜਿਹੜਾ ਜੀ। ਅੱਛਾ, ਜੇ ਮੈਂ ਗੱਲ ਕਰਾਂ ਬਾਈ ਵੀ ਸਵਾਰੀ ਸਵੂਰੀ ਵੀ ਕੱਢਦੇ ਹੋ ਕਿ? ਹਾਂਜੀ ਹਾਂਜੀ, ਕੱਢਦੇ, ਸਵਾਰੀ ਵੀ ਕਰਦੇ ਹੋ। ਤੇ ਇਸ ਟਾਈਮ ਕਿੰਨੇ ਕੁ ਬੱਚੇ ਮਾਰਕੀਟ ਦੇ ਵਿੱਚ ਆ ਤੇ ਕਿੰਨੀਆਂ ਕੁ ਘੋੜੀਆਂ ਤੇ ਛੱਡਤਾ ਜੀ? ਇਸ ਵਕਤ ਇਸ ਪਿਛਲੇ ਮਹੀਨੇ ਦੇ ਵਿੱਚ ਅਸੀਂ ਕੋਈ 25-30 ਘੋੜੀਆਂ ਬਣਾਈਆਂ ਜੀ ਇਸ ਨਵੇਂ ਸਾਲ 'ਚ, ਤੇ ਇਹਦੋਂ ਪਿੱਛੇ ਤੇ ਕਾਫੀ ਬੱਚੇ ਆਏ ਆ ਮਾਰਕੀਟ ਦੇ ਵਿੱਚ, ਬਹੁਤ ਚੰਗੇ ਰੇਟ ਤੇ ਵਿਕਦੇ ਪਏ ਬੱਚੇ ਜੀ। ਹਾਂਜੀ, ਮਾਘੀ ਮੰਡੀ ਦੇ, ਐਤਕੀ ਵਿਸਾਖੀ ਮੰਡੀ ਦੇ ਬੱਚੇ ਬਹੁਤ ਚੰਗੇ। ਆਪਣੇ ਮੈਂ ਸੁਣਿਆ ਉਹ ਜਿਹੜੇ ਬਾਈ ਹੋਣੀ ਆ, ਬਾਈ ਡੈਨੀ ਔਲਖ ਹੋਣੀ, ਨਾਰਵੇ ਪੈਰਸ ਵਾਲੇ, ਉਹਨਾਂ ਨੇ ਵੀ ਇਹਦਾ ਬੱਚਾ ਉਹ ਤੁਹਾਡੇ ਕੋਲੇ ਖੜਾ ਜਿਹੜਾ? ਹਾਂਜੀ, ਉਹ ਬੱਚਾ ਜਿਹੜਾ ਨਾ ਆਪਣੇ ਡੈਨੀ ਭਾਜੀ ਨਾਲ ਦਿੱਤਾ, ਨਾਰਵੇ ਵਾਲੇ। ਅੱਛਾ, ਤੁਹਾਡੇ ਕੋਲੇ ਤੇ ਸਾਂਭ ਲਈ ਖੜਾ ਉਹ? ਹਾਂਜੀ ਜੀ, ਡੈਨੀ ਭਾਜੀ ਹੋਣੀ ਜਿਹੜੇ ਨਾਰਵੇ ਤੋਂ ਆ, ਹਾਂਜੀ, ਪਿੱਛੋਂ ਪਾਕਿਸਤਾਨ ਦੇ ਆ ਜੀ। ਹਾਂ ਹਾਂਜੀ, ਉਹ ਵੀ ਬੜੀ ਪਾਰਕ ਉਹ ਅੱਖ ਨਾਲ ਦੇਖਦੇ ਆ ਹਨਾ, ਬਹੁਤ ਘੁੰਮ ਫਿਰ ਕੇ ਬੱਚਾ ਲੈਂਦੇ ਆ ਜੀ। ਇਹ ਜਿਹੜਾ ਬੱਚਾ ਉਹਨਾਂ ਕੋਲ ਜਾਣਾ ਹੈ, ਆ ਜਿਹੜਾ ਛੋਟਾ ਬੱਚਾ ਉਹਨੂੰ ਦਿਖਾਈ ਜਾਂਦੇ ਆਪਾਂ। ਅੱਛਾ, ਇਹ ਆਪਣੇ ਵਾਲੇ ਸਿਕੰਦਰ ਦਾ ਹੈ? ਹਾਂਜੀ। ਇਹ ਕਿੰਨੇ ਚਿਰ ਦਾ ਵੈਸੇ? ਇਹ ਤਕਰੀਬਨ 11 ਮਹੀਨੇ ਦਾ ਹੋ ਗਿਆ ਸਾਡੇ। ਅਰੇ, 11 ਮਹੀਨਿਆਂ ਦਾ! ਇਹ ਲੈਂਥ ਲੂੰਥ ਇਹਨੇ ਵੀ ਬਾ ਕਮਾਲ ਕੱਢਤੀ ਹਨਾ, ਕੱਦ ਹਾਈਟ ਵੀ ਚੰਗੀ ਕਰ ਗਿਆ। ਅੱਛਾ, ਜਿੰਨੇ ਕੁ ਰਿਜ਼ਲਟ ਆਏ ਆ ਬਘੇਲ ਬਾਈ, ਕਿੱਦਾਂ ਦੀਆਂ ਘੋੜੀਆਂ ਤੋਂ ਆਏ ਆ ਤੇ ਕਿਵੇਂ ਦੇ ਰਿਜ਼ਲਟ ਸਿਕੰਦਰ ਦੇ? ਰਿਜ਼ਲਟ ਜੀ ਤਕਰੀਬਨ
ਆਪਾਂ ਕਹਿ ਦਿੰਦੇ ਹਾਂ ਘੋੜਿਆਂ ਵਾਲੇ, ਇਹ 100% ਹੀ ਘੋੜਾ ਨਹੀਂ ਹੁੰਦਾ, ਘੋੜੀ ਹੁੰਦੀ ਹੈ ਜੀ। ਹਾਂਜੀ, ਅਤੇ ਇਹਦੇ ਤਕਰੀਬਨ 100 ਚੋਂ 80% ਚੰਬੀਆਂ ਘੋੜੀਆਂ ਦੇ ਨੁਕਰੇ ਬੱਚੇ ਆਏ। ਵਾਹ ਜੀ। ਹਾਂਜੀ, ਵਿੱਚੋਂ ਕੋਈ 2-4 ਚੰਬੇ ਆਏ ਵੀ ਹੋਣ, ਉਹ ਸੁਭਾਵਿਕ ਜੀ ਗੱਲ, 2% ਆ ਜਾਂਦੇ ਆ, ਕੋਈ ਸ਼ੱਕ ਨਹੀਂ ਆ। ਅਤੇ ਬਾਕੀ ਜਿੰਨਾ ਵੀ ਸੋਇਆ ਚੰਗਾ ਹੀ ਸੋਇਆ। ਹਾਂ, ਨੀਲੀਆਂ ਚੰਬੀਆਂ ਬੱਚੀਆਂ ਵੀ ਆਈਆਂ, ਬਹੁਤ ਕਮਾਲ ਹੈ। ਜਿਹੜਾ ਸਭ ਤੋਂ ਵੱਡਾ ਬੱਚਾ ਵੇਖਿਆ ਤੁਸੀਂ ਅੱਜ ਤੱਕ ਸਿਕੰਦਰ ਦਾ, ਕਿੰਨੇ ਕੁ ਮਹੀਨਿਆਂ ਦਾ ਜਾਂ ਕਿੰਨੇ ਕੁ ਸਾਲ ਦਾ? ਇਹ ਆਪਣੇ ਘਰ ਹੀ ਇਹੀ ਬੱਚਾ, ਇਹ ਸਭ ਤੋਂ ਵੱਡਾ। ਹਾਂ, ਇਹ ਬੱਚਾ ਵਾ, ਇੱਕ ਪਹਿਲੇ ਜਿਹੜੇ ਬੱਚੇ ਪਿਛਲੇ ਸਾਲ ਦੇ ਉਹ ਤਾਂ ਸੇਲ ਹੋ ਗਏ। ਨਹੀਂ, ਉਹ ਵੱਡੇ, ਉਹ ਕਿੰਨੇ ਕਿੰਨੇ ਚਿਰ ਦੇ ਹੋਣਗੇ? ਬੱਚੀ ਹੁਣ ਆਪਾਂ ਦੂਜੇ ਘੋੜੇ ਤੋਂ ਜਿਹੜਾ ਨਵਾਂ ਘੋੜਾ ਲਿਆਂਦਾ ਉਹ ਤੋਂ ਮੇਟ ਕਰਾਈ, ਪਹਿਲੀ ਬੱਚੀ ਇਹਦੀ ਜੀ। ਇਹਦੀ ਆਪਣੇ ਸਿਕੰਦਰ ਦੀ, ਸਿਕੰਦਰ ਦੀ, ਉਹ 20 ਮਹੀਨੇ ਦੀ 60 ਇੰਚ ਹਾਈਟ ਹੈ। ਅੱਛਾ, ਹਾਂਜੀ, ਉਹ ਕੱਲ ਹੀ ਮੇਟ ਕਰਾ ਕੇ ਲੈ ਕੇ ਬੰਦੇ। ਹਾਂਜੀ ਜੀ। ਅੱਛਾ, ਹੋਰ ਬੱਚਿਆਂ ਦੇ ਵਿੱਚ ਮੰਨ ਕੇ ਚਲੋ ਕਿੱਦਾਂ ਦੀ ਬਾਡੀ, ਕਿੱਦਾਂ ਦੀ ਆ ਰਹੀ ਆ? ਜਾਂ ਆਪਣੇ ਨਾ ਸਿਕੰਦਰ ਦੀ ਜਿਵੇਂ ਦੇਖਿਆ ਤੁਸੀਂ ਕੰਨ, ਬੱਚਿਆਂ ਦੇ ਬਹੁਤ ਹੀ ਸ਼ਕੀਨ ਕੰਨ ਹੁੰਦਾ, ਬੱਚੇ ਦਾ ਕੰਨ ਬਹੁਤ ਹੀ ਚੰਗਾ ਹੁੰਦਾ, ਮੂੰਹ ਦੀ ਪ੍ਰੋਫਾਈਲ ਬੜੀ ਚੰਗੀ ਆਉਂਦੀ ਹੈ, ਸ਼ਕੀਨੀ। ਰਿਜ਼ਲਟ ਤਾਂ ਬਈ ਹੁੰਦਾ ਕਿ ਇੱਕ ਚਿੱਟਾ ਰੰਗ ਨਹੀਂ ਹੁੰਦਾ ਕੱਲਾ, ਬਿਲਕੁਲ, ਜਾਂ ਚੰਬਾ ਬੱਚਾ ਨਹੀਂ ਹੁੰਦਾ ਕਿ ਚੰਬਾ, ਬੱਚੇ ਦੀ ਕੁਆਲਿਟੀ ਦਾ ਰਿਜ਼ਲਟ ਹੁੰਦਾ, ਬੱਚੇ ਦੀ ਕੁਆਲਿਟੀ ਹੋਣੀ ਚਾਹੀਦੀ, ਚਾਹੇ ਉਹ ਚੰਬਾ ਹੀ ਹੈ। ਲੈਂਥ, ਬੂਤੀ, ਕੰਨ, ਸ਼ਕੀਨੀ, ਇਹ ਚੀਜ਼ ਨੂੰ ਰਿਜ਼ਲਟ ਕਹਿੰਦੇ ਆਪਾਂ। ਇੱਕ ਚਿੱਟਾ ਰੰਗ ਕਹਿ ਦਿੰਦੇ ਆ ਜੀ, ਚਿੱਟਾ ਸੂਪ ਹੈ ਜੀ, ਰਿਜ਼ਲਟ ਆ ਗਿਆ ਜੀ, ਉਹ ਰਿਜ਼ਲਟ ਨਹੀਂ, ਰਿਜ਼ਲਟ ਤਾਂ ਸਾਰਾ ਤਕਰੀਬਨ ਪੂਰਾ ਹੋਵੇ ਬੱਚਾ ਫੇਰੀ ਜੀ, ਬਰੀਕੀਆਂ ਜੋ ਹੋਵੇ, ਬਰੀਕੀਆਂ ਜੋ, ਬਾਕੀ ਪਿੱਠ ਪੁੜਾ ਘੋੜੇ ਦਾ ਦੇਖੋ ਤੁਸੀਂ, ਬੱਚਿਆਂ ਦਾ ਬਹੁਤ ਚੰਗੇ, ਘੋੜਾ ਆਪ ਹੀ ਬੜਾ ਭਾਰਾ ਬਾਈ। ਹਾਂ, ਆਪ ਹੀ ਆਪਾਂ, ਬਾਕੀ ਵੀਡੀਓ ਰਾਹੀਂ ਜੋ ਵੀ ਸੰਗਤਾਂ ਆਪਣਾ ਸੰਪਰਕ ਕਰਨਗੇ, ਆਪਾਂ ਬਗੈਰਾ ਬੱਚਿਆਂ ਦੀਆਂ ਫੋਟੋਆਂ ਵੀ ਦੇਵਾਂਗੇ ਜੀ, ਡਰੈਸ ਵੀ ਦੇਵਾਂਗੇ, ਜਾ ਕੇ ਵੀ ਦੇ ਸਕਦੇ ਬੱਚੇ ਜੀ। ਅੱਛਾ, ਇਹਦੀ ਮਾਂ ਵਾਲੇ ਪਾਸੇ ਬਘੇਲ ਬਾਈ ਜਾਈਏ ਤਾਂ ਮਾਂ ਕਿਹੜੇ ਖਾਨਦਾਨ ਚ? ਮਾਂ ਜੀ, ਆਪਾਂ ਇੰਨੀ ਨੌਲੇਜ ਨਹੀਂ ਦੇ। ਤੁਹਾਡੇ ਕੋਲ ਕਿੰਨੇ ਚਿਰ ਦਾ ਆਇਆ ਸੀ ਬੱਚਾ? 3 ਸਾਲ ਹੋ ਚੱਲੇ ਆ, 3-4 ਸਾਲ। ਨਹੀਂ, ਤੁਸੀਂ ਕਿੰਨੇ ਟਾਈਮ ਦਾ ਲਿਆਏ ਸੀ? ਕਿੰਨੇ ਦਿਨ ਦਾ ਸੀ? ਉਦੋਂ 2 ਦਾ ਸੀਗਾ, ਹੁਣ ਇਸ ਟਾਈਮ 5 ਸਾਲ ਦਾ ਹੋ ਗਿਆ। 5 ਸਾਲ ਦਾ ਹੋ ਗਿਆ, 5 ਸਾਲ ਦਾ ਹੋ ਗਿਆ। ਤੇ ਹੁਣ ਭਰਾਵਾਂ ਨੂੰ ਆਪਾਂ ਫੀਸ ਵੀ ਦੱਸ ਦਈਏ, ਫਿਰ ਆਪਾਂ ਦੂਜਾ ਘੋੜਾ ਵਿਖਾਉਣਾ। ਹਾਂਜੀ, ਇਹਦੀ ਫੀਸ ਆਪਾਂ 31,000 ਰੁਪਇਆ ਰੱਖੀਏ। 31,000 ਰੁਪਇਆ। ਤੇ ਡਾਕਟਰ ਸਾਹਿਬਾਨ ਕਿਹੜੇ ਆਉਂਦੇ ਜੀ? ਡਾਕਟਰ ਆਪਣੇ ਕੋਲ ਬਲਜੀਤ ਸਾਹਿਬ ਆਉਂਦੇ ਆ ਜੀ। ਜੀ, ਇੱਟਾਂ ਵਾਲੀ ਪਿੰਡ ਤੋਂ ਜੀ, ਬਹੁਤ ਹੀ ਵਧੀਆ ਸੂਝਵਾਨ ਡਾਕਟਰ ਆ। ਰਾਤ ਨੂੰ 2 ਵਜੇ ਵੀ ਚਾਹੇ ਕੋਈ ਫੋਨ ਕਰੇ, 2 ਵਜੇ ਵੀ ਆ ਜਾਂਦੇ। ਤੇ ਨੌਲੇਜ ਪੱਖੋਂ ਘੋੜੀ ਕਿੰਨੀ ਵੀ ਵੇਰੀ ਹੋਵੇ ਜੀ, ਤੇ ਕੋਈ ਚੱਕਰ ਨਹੀਂ, ਗੱਭਾ ਰਹੂਗੀ। ਸ਼ੁਕਰ ਆ, ਸ਼ੁਕਰ ਆ। ਤੇ ਮੈਂ 24 ਘੰਟੇ ਆਪਣੇ ਨਾਲ ਤਿਆਰੀ ਰਹਿੰਦੀ ਆ, ਜਦੋਂ ਵੀ ਕੋਈ ਵੀ ਪ੍ਰੋਬਲਮ ਹੁੰਦੀ ਆ ਆਉਂਦੇ ਜੀ। ਅੱਛਾ, ਜਿੰਪ ਕਿੰਨੇ ਦਊਂਗੇ 31,000 ਰੁਪਏ ਦੇ ਵਿੱਚ? ਉਹ ਵੀ ਥੋੜ੍ਹਾ ਜਿਹਾ ਆਪਾਂ ਦੱਸ ਦਈਏ, ਇਹ ਵੀ ਰੌਲੇ ਪੈ ਜਾਂਦੇ ਕਈ ਵਾਰੀ। ਨਹੀਂ, ਆਪਾਂ ਜੀ ਆਪਣਾ ਤਾਂ ਇਹ ਆ ਕਿ 31,000 ਰੁਪਏ ਜਿੰਨਾ ਚਿਰ ਘੋੜੀ ਕਲੀਅਰ ਨਹੀਂ ਹੁੰਦੀ ਆਪਾਂ ਭੇਜ ਦੇਣੀ। ਹਾਂ, ਘੋੜੀ 'ਚ ਫਾਲਟ ਨਾ ਹੋਵੇ, ਆਪਦੀ ਡਾਕਟਰ ਤੋਂ ਚੈੱਕ ਕਰਾ ਕੇ ਲਿਆਓ, ਗਾੜੀ ਫਿਰ ਸਾਡੀ ਜ਼ਿੰਮੇਵਾਰੀ। ਇਹ ਨਹੀਂ ਕਿ ਉਹ ਡਾਕਟਰ ਦੇ ਚੈੱਕ ਹੋਏ ਤਾਂ ਇੱਕ ਟੱਪ ਦੇ ਕੇ ਆਪਾਂ ਮੋੜ ਦਾਂਗੇ ਉਹ ਘੋੜੀ, ਫਿਰ ਆਪਾਂ ਆਪਣੇ ਘਰੇ ਫਿਰ ਚੈੱਕ ਕਰਾਵਾਂਗੇ ਜੀ, ਤੇ ਜਿਵੇਂ ਵੀ ਅਗਲਾ ਪ੍ਰੋਸੀਜਰ ਹੋਊਗਾ ਕਰਕੇ ਦੇਵਾਂਗੇ। ਤੇ ਗੱਬਣ ਕਰਾ ਕੇ ਦਊਂਗੇ ਘੋੜੀ ਜੀ। ਲੈ ਵੀ ਸੱਜਣੋ, ਗੱਲਾਂ ਸਾਰੀਆਂ ਖੋਲਤੀਆਂ। ਘੋੜੇ ਦੀ ਫੀਸ ਹੈ ਸਿਰਫ 31,000 ਰੁਪਇਆ। ਘੋੜੇ ਦੇ ਰਿਜ਼ਲਟ ਬਾਹਲੇ ਜ਼ਿਆਦਾ ਚੰਗੇ ਹੈ। ਬਾਕੀ ਤੁਹਾਨੂੰ ਫੋਟੋਆਂ ਦਿਖਾ ਤੀਆਂ, ਕਿਵੇਂ ਲੱਗੀਆਂ, ਕਿਵੇਂ ਰਿਜ਼ਲਟ ਲੱਗੇ, ਘੋੜਾ ਕਿਵੇਂ ਲੱਗਾ, ਇਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਅਤੇ ਜਿਵੇਂ ਦੀ ਵੀ ਤੁਸੀਂ ਘੋੜੀ ਭਰਾਉਣਾ ਚਾਹੁੰਦੇ ਹੋ, ਵੀਰ ਨਾਲ ਪ੍ਰੋਪਰ ਆਪਾਂ ਲੋਕੇਸ਼ਨ ਪੁੱਛ ਲੈਂਦੇ ਹਾਂ, ਬਾਕੀ ਬਾਈ ਹੋਣੀ ਨੰਬਰ ਨਾਲ ਚੱਲਦਾ, ਤੁਹਾਨੂੰ ਲੋਕੇਸ਼ਨ ਦੱਸ ਵੀ ਦੇਣਗੇ, ਤੁਸੀਂ ਕਿਸੇ ਟਾਈਮ ਦੀ ਸਰਵਿਸ ਲੈ ਸਕਦੇ ਹੋ। ਅੱਛਾ ਬਾਈ, ਹੁਣ ਅਗਲੇ ਕਿਹੜਾ ਨਗੀਨਾ ਵਿਖਾਉਣਾ ਜੀ? ਹੁਣ ਇੱਕ ਕਾਲਾ ਘੋੜਾ ਲਿਆਏ ਹੋ ਤੁਸੀਂ। ਹਾਂਜੀ ਹਾਂਜੀ, ਉਹਦੇ ਬਾਰੇ ਦੱਸ ਦਈਏ ਜੀ, ਉਹਦਾ ਨਾਂ ਕੀ ਹੈ? ਉਹਦਾ ਰੈਂਬੋ ਹੈ ਜੀ। ਰੈਂਬੋ, ਹਾਂਜੀ। ਕਿਹੜੇ ਘੋੜੇ ਦਾ ਜੀ ਉਹ? ਇਹ ਤਾਂ ਜੀ ਆਪਾਂ ਤਾਂ ਰਾਜਸਥਾਨ ਚੋਂ ਖਰੀਦਿਆ। ਅੱਛਾ, ਹਾਂਜੀ, ਅਨਨੋਨ ਕਹਿ ਸਕਦੇ ਹਾਂ। ਕਹਿ ਤੇ ਕਹਿਣ ਨੂੰ ਤਾਂ ਅਗਲਾ ਕਾਲੇ ਕਾਂਡੇ ਦਾ ਪੋਤਾ ਕਹੀ ਜਾਂਦਾ, ਆਪਾਂ ਕੋਈ DNA ਨਹੀਂ, ਕੋਈ ਕਰਾਇਆ ਨਹੀਂ, ਚੰਗੀ ਲੈਣ ਦਾ ਘੋੜਾ ਵਾ। ਘੋੜਾ ਹੈ ਚੰਗਾ। ਹਾਂ, ਚੰਗਾ ਘੋੜਾ ਵਾ। ਧੌਣ ਧਾਣ ਬਹੁਤ ਚੰਗਾ। ਬਾਕੀ ਜਿਹੜਾ ਨਾਂ ਵਾ ਉਹ ਤੇ ਪਿਓ ਦਾ ਦੇਣੇ ਤੇ ਆਪਦਾ ਬਣਾਈ ਲਿਆ, ਗਾੜੀ ਆਪਣਾ ਤੇ ਉਹਨੇ ਆਪ ਹੀ ਬਣਾਉਣਾ। ਹੁਣ ਸਿਕੰਦਰ ਮਹੱਤਵਪੂਰਨ ਗੱਲ, ਸਤਾਨ ਸੁੰਦਾ ਵਾ
ਘੋੜਾ ਵੇਖਣ ਨੂੰ ਵੱਡਾ ਲੱਗਦਾ, ਬਹੁਤ ਚੰਗਾ ਘੋੜਾ ਜੀ। ਘੋੜਾ ਘੱਟ ਤੋਂ ਘੱਟ ਵੀ ਜਦੋਂ ਮੈਂ ਲਾਗੇ ਖੜ ਕੇ ਵੇਖਿਆ ਨਾ, ਮੈਨੂੰ ਲੱਗਿਆ ਵੀ 60-60 ਦੇ ਲਾਗੇ ਬੰਨੇ ਹੋਊਗਾ। ਉਹ ਤਾਂ ਚਲੋ ਜੇ ਫੱਟੀ ਲਾਉਂਦੇ ਆ ਜਾਂ ਤੁਸੀਂ ਹਨਾ ਵੇਖਿਆ ਤੁਸੀਂ ਪਾਰਕੂ ਬੰਨੇ ਹੋ, ਤੁਸੀਂ ਇੱਕ ਬਾਈ ਨਾ ਪੂਰਾ ਮੈਂ ਕਹਿੰਦਾ ਵੀ ਸੱਚਾਈ ਦੇ ਚੱਲਣ ਵਾਲਾ ਬੰਦਾ ਹੈ। ਇਹਨੂੰ ਮੈਂ ਮੰਨ ਲਓ ਆਪ ਵੀ ਜਦੋਂ ਕਿਉਂਕਿ ਅਗਲਾ ਹਾਂ ਚ ਹਾਂ ਬਘੇਲ ਵੀਰ ਕਈ ਵਾਰੀ ਬੰਦਾ ਬੁਲਾ ਹੀ ਦਿੰਦਾ ਵੀ ਵੱਡਾ ਇੰਨਾ ਹੀ ਆ ਜੀ, ਪਰ ਮੈਂ ਵੀਰ ਨੂੰ ਆਣ ਕੇ ਕਿਹਾ, ਮੈਂ ਕਿਹਾ ਯਾਰ ਘੋੜਾ ਤਾਂ ਬਾਈ ਤੁਹਾਡਾ ਵੱਡਾ ਲੱਗਦਾ। ਬਾਈ ਕਹਿੰਦਾ ਨਹੀਂ ਬਾਈ, ਜਿੰਨਾ ਕੁ ਅਸੀਂ ਸਾਨੂੰ ਪਤਾ ਕਿੰਨਾ ਕੁ ਅਸੀਂ ਕਿਹਾ ਵੀ 64 ਹੈ ਤੇ ਅਸੀਂ 64 ਹੀ ਕਹਿਣਾ ਹਨਾ, ਤੇ ਇਹ ਵੀ ਇੱਕ ਗੱਲ ਕਹਿਣ ਲਈ ਜਿਗਰਾ ਚਾਹੀਦਾ, ਵਧੀਆ ਗੱਲ ਹੈ, ਸੱਚਾਈ ਤੇ ਚੱਲਣਾ ਵੀ ਚਾਹੀਦਾ। ਧੌਣ ਧਾਣ ਦਾ ਬਹੁਤ ਚੰਗਾ ਵਾ, ਰੰਗ ਦਾ ਪੱਕਾ ਵਾ, ਰੰਗ ਵੀ ਬਹੁਤ ਚੰਗਾ, ਕੁਆਲਿਟੀ ਵੀ ਚੰਗੀ, ਇਹਦੇ ਕੱਲਾ ਮੱਥੇ ਫੁੱਲ ਹੀ ਆ ਨਾ, ਮੱਥੇ ਫੁੱਲ, 3 ਪੈਰ ਚਿੱਟੇ ਆ, ਤੇ ਇਹਦੇ ਰਿਜ਼ਲਟ ਰਿਜ਼ਲਟ ਆਏ ਨਹੀਂ, ਰਿਜ਼ਲਟ ਨਹੀਂ ਆਪਾਂ ਦੇਖੇ ਜੀ। ਅੱਛਾ ਹਾਂਜੀ, ਇਹ ਕਿੰਨੀ ਉਮਰ ਦੱਸੀ ਇਹਦੀ? ਇਹ 4.5 ਸਾਲ ਹੋ ਗਏ, 4.5 ਸਾਲ, ਤੇ ਹੁਣ ਛੱਡ ਰਹੇ ਤੁਸੀਂ ਇਹਨੂੰ? ਹਾਂਜੀ ਛੱਡ ਰਹੇ। ਸਰਵਿਸ ਇੱਥੇ ਆਣ ਕੇ ਕੋਈ ਘੋੜੀ ਭਰਾਈ ਹੈ? ਆਪਾਂ ਹੁਣ ਮਲਾਈਆਂ ਘੋੜੀਆਂ ਤੋਂ, ਮਲਾਈਆਂ ਤੋਂ ਜੀ। ਨਵੀਂ ਸੱਜਣੋ ਇਹਦੀ ਫੀਸ ਕਿੰਨੀ ਹੈ ਜੀ? ਇਹਦੀ 21,000 ਰੁਪਈਆ ਵੀ, 21,000 ਰੁਪਈਆ। ਬਾਕੀ ਮੈਨੂੰ ਲੱਗਦਾ ਵੀ ਇਹ ਉਹਨਾਂ ਨੇ ਚਾਲੇ ਚੂਲੇ ਵੀ ਪਾਇਆ ਹਨਾ, ਹਾਂਜੀ ਸੋਹਣਾ ਤੁਰਦਾ, ਬੜਾ ਸੋਹਣਾ ਤੁਰਦਾ, ਤੇ ਇੱਥੇ ਪਾਈ ਕਾਟੀ ਕੋਟੀ ਲਿਆ ਗਏ ਰਸਤਾ ਚੋਂ ਚੀਜ਼ਾਂ ਚੰਗੀਆਂ। ਹਾਂ, ਉਧਰ ਮਾਰਵਾੜੀ ਦਾ ਵੀ ਵਧੀਆ ਹੀ ਆ, ਬਿਲਕੁਲ, ਕੋਈ ਵੀ ਘੋੜੀ ਮਿਲਾਊਗਾ ਚੰਗੇ ਦਾ ਹੀ ਮਿਲਾਊਗਾ, ਬਿਲਕੁਲ, ਮਾੜਾ ਬੱਚਾ ਦਾ ਕਾਰਨ ਕੀ ਆ ਜੇ ਨੁਕਰਾ ਜ਼ਿਆਦਾ ਹੈ? ਫਿਰ ਆਪਣੇ ਨਾ ਜੀ ਨੁਕਰੇ ਦਾ ਕਾਰਨ ਆਪਣੇ ਕਈ ਸੱਜਣ ਹੁਣ ਆਪਣੇ 2-3 ਸੱਜਣ ਖਾਸ ਉਹ ਨੁਕਰੇ ਤੋਂ ਮਿਲਾ ਕੇ ਲੈ ਕੇ ਕਾਲੀਆਂ ਘੋੜੀਆਂ। ਮਾਰਵਾੜੀ ਚੰਗਾ ਆਸਟ੍ਰੇਲੀਅਨ ਲਵਾਂਗੇ, ਚੰਗਾ ਆਪਾਂ ਨੂੰ ਵਿਸ਼ੇਰਾ ਮਿਲੇਗਾ, ਚੰਗੀ ਲਾਈਨ ਦਾ ਪਟਿਆਲਾ ਆਪਾਂ ਲਵਾਂਗੇ। ਚਲੋ ਲਾਈਨ ਦਾ ਮੰਨ ਲਓ ਪੈਟਾਗਰੀ ਪਿੱਛੇ ਵੀ ਜਾਓਗੇ। ਹਾਂ ਕਰਾਂਗੇ। ਅੱਛਾ ਇਹਦਾ ਫੀਸ ਕਿੰਨੀ ਆ ਬਾਈ ਹੁਣ? 21,000 ਰੁਪਈਆ ਇਹਦੀ, 21,000 ਰੁਪਈਆ ਇਹਦੀ ਵੀ ਸੇਮ ਹੀ ਸਰਵਿਸ ਆ ਜਿੱਦਾਂ ਆਪਣੀ ਫੀਸ? ਗਲਤ ਕੰਮ ਜੀ ਆਪਾਂ ਕਰਦੇ ਨੀ ਆ ਜੀ, ਆਪਾਂ ਨੂੰ ਤੇ ਜਿੰਨਾ ਚਿਰ ਅਗਲੇ ਦੀ ਫੀਸ ਘੋੜੀ ਗੱਭਣ ਨੀ ਹੁੰਦੀ ਉਨਾ ਚਿਰ ਤਾਂ ਲੱਗਦਾ ਕਿ ਪਤਾ ਨੀ ਆਪਾਂ ਉਹਨਾਂ ਤੋਂ ਐਵੇਂ ਹੀ ਲੈ ਲੇ, ਉਹ ਜ਼ਹਿਰ ਜ਼ਹਿਰ ਕੇ ਲੱਗਦੇ। ਜਿੰਨਾ ਚਿਰ ਕਿਸੇ ਨੂੰ ਫਾਇਦਾ ਨੀ ਨਾ ਹੁੰਦਾ ਉਨਾ ਚਿਰ ਕੋਈ ਫਾਇਦਾ ਨੀ, ਬਿਲਕੁਲ ਬਿਲਕੁਲ। ਅੱਜ ਜੇ ਰੱਬ ਨੇ ਇੰਨਾ ਕੁਝ ਦਿੱਤਾ ਨਾ ਨੀਤ ਨੂੰ ਦਿੱਤਾ ਜੀ, ਨੀਤ ਨੂੰ ਜੀ, ਆਪਾਂ ਕਿਹੜਾ ਆਪਣਾ ਤੁਹਾਡੇ ਸਾਹਮਣੇ ਹੀ ਆ ਵੀ ਹਲੋ ਕਰਦਾ ਬੂਆ ਕਰਨਾ, ਆਪਾਂ ਕਿਹੜਾ ਕੋਈ ਗਲਤ ਕੰਮ ਕਰਦੇ ਨੀ, ਟੈਨਸ਼ਨ ਨੀ ਸੋਚਦੀ ਨੀ, ਸੋਚਦਾ ਸੋਚਦੀ ਮਿਹਨਤ ਦਾ ਕੋਈ ਡਰ, ਮਿਹਨਤ ਕਰੀਦੀ ਰਾਤ। ਲੈ ਵੀ ਸੱਜਣੋ ਇਹ ਰੈਂਬੋ ਹੈ, ਰੈਂਬੋ ਦੀ ਫੀਸ ਹੈਗੀ ਹੈ 21,000 ਰੁਪਈਆ। ਇਹਦੇ ਤੋਂ ਵੀ ਤੁਸੀਂ ਕਿਸੇ ਵੀ ਪ੍ਰਕਾਰ ਦੀ ਘੋੜੀ ਭਰਾਉਣੀ ਹੈ ਤਾਂ ਵੀਰ ਬਘੇਲ ਸਿੰਘ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ। ਅੱਛਾ ਬਾਈ, ਹੁਣ ਆਪਾਂ ਇਹਦੇ ਵਾਲਾ ਵਸ਼ੇਰਾ ਵਿਖਾ ਦਈਏ, ਫਿਰ ਆਪਾਂ ਉਹ ਘੋੜਾ ਕੱਢਦੇ ਹਾਂ ਲਾਸਟ 'ਤੇ, ਮਾੜਾ ਜਿਹਾ ਇਹਦੇ ਬਾਰੇ ਵੀ ਹੋਰ ਕੁਛ ਵੀ ਦੱਸੀਏ। ਇੱਕ ਆਪਣੇ ਘਰ ਦੀ ਪੈਦਾਇਸ਼ ਹੈ ਜਿਹੜਾ ਵਸ਼ੇਰਾ? ਹਾਂਜੀ, ਆਪਣੇ ਸਿਕੰਦਰ ਦਾ। ਹਾਂਜੀ, ਯਾਰ ਦੋਸਤ ਮੁੰਡਾ। ਹਾਂਜੀ, ਉੱਥੋਂ ਲਿਆ ਜੀ। ਕਿੰਨੇ ਚਿਰ ਦਾ ਲਿਆ ਸੀ ਇਹ? ਆਪਾਂ ਉਦੋਂ ਤਕਰੀਬਨ 5 ਮਹੀਨੇ ਦਾ ਸੀ। ਹਾਂਜੀ, ਇਹਦਾ ਬਾਈ ਜੇ ਡੈਨੀ ਵੀ ਤੁਹਾਡੇ ਤੋਂ ਲੈ ਕੇ ਗਿਆ, ਤੇ ਡੈਨੀ ਬਾਈ ਨੂੰ ਤੁਸੀਂ ਫੋਟੋਆਂ ਭੇਜੀਆਂ ਕਿ? ਹਾਂਜੀ, ਉਹਨਾਂ ਘੋੜੇ ਦੀ ਵੀਡੀਓ ਦੇਖ ਕੇ ਮੈਂ ਨਾਲ ਸਫਰ ਕੀਤਾ ਸੀ। ਅੱਛਾ, ਤੇ ਉਹ ਕਹਿੰਦੇ ਕਿ ਆਪਾਂ ਇਹਦਾ ਬੱਚਾ ਲੈਣਾ। ਓਕੇ, ਫਿਰ ਜਦੋਂ ਇਹ ਬੱਚਾ ਨਿਕਲਿਆ ਖੜਨੀ ਕਰਨੀ ਬੜੀ ਜ਼ਬਰਦਸਤ ਫੋਟੋ ਦੇਖ ਕੇ ਭਜਨਾ ਸਬਦਾ ਕਰ ਲਿਆ ਡੈਨੀ ਸਾਹਿਬ ਹੋਣਾ, ਡੈਨੀ ਚੌਧਰੀ ਕੁਝ
ਗੁੱਜਰ ਨਾਰਵੇ ਤੋਂ ਜੀ, ਉਹ ਫਿਰ ਆਪਣੇ ਕੋਲ ਵੀ ਆਏ ਤੇ ਘਰੇ ਆਏ ਜੀ, ਬੱਚਾ ਦੇਖ ਕੇ ਗਏ ਜੀ। ਹਾਂਜੀ, ਬਾਕੀ ਬਹੁਤ ਵਧੀਆ ਇਨਸਾਨ ਆ, ਬਹੁਤ ਵਧੀਆ, ਮੇਰੀ ਵੀ ਗੱਲ ਹੁੰਦੀ ਹੁੰਦੀ ਆ, ਬਹੁਤ ਵਧੀਆ ਹੈ। ਬਾਕੀ ਡੈਨੀ ਸਾਹਿਬ, ਮੈਂ ਤੁਹਾਨੂੰ ਗਿਫਟ ਭੇਜਣਾ ਹਨ। ਅੱਛਾ, ਆਹ ਸੱਚ ਮੈਂ ਭੁੱਲ ਗਿਆ, ਆੜੀ ਕਾਠੀ ਸੱਜਣੋ ਤੁਹਾਡੀ ਸਕਰੀਨ ਤੇ ਚੱਲ ਪਈ ਨਾ, ਤੇ ਉਹ ਪਿੱਛੇ ਜੇ ਪਾਕਿਸਤਾਨ ਪ੍ਰੋਫੈਸ਼ਨਲ, ਹਾਂ ਪਾਕਿਸਤਾਨ ਦੀ ਕਾਠੀ ਹੈ, ਪਾਕਿਸਤਾਨ ਆਏ ਪਿੱਛੇ ਜੇ। ਹਾਂਜੀ, ਤੇ ਉੱਥੋਂ ਆਏ। ਅੱਛਾ, ਤੁਹਾਨੂੰ ਗਿਫਟ ਭੇਜਿਆ? ਵਾਹ ਜੀ ਵਾਹ, ਇਹ ਵੀ ਯਾਦਾਂ ਬਾਈ ਹਨਾ, ਤੇ ਜਦੋਂ ਤੁਸੀਂ ਪਾਓਗੇ ਘੋੜੇ ਤੇ, ਜਦੋਂ ਇਹ ਕੱਸੋਗੇ ਹਨਾ ਪੈੜਾਂ, ਤੇ ਤੁਹਾਨੂੰ ਯਾਦ ਆਊ ਵੀ ਭਰਾ ਨੇ ਕਿਸੇ ਨੇ ਗਿਫਟ ਭੇਜਿਆ ਹਨਾ ਜੀ। ਬਾਕੀ ਆਪਾਂ ਇਹ ਭਾਜੀ ਆਪਣਾ ਮੇਨ ਆਪਾਂ ਜਿਹਦੇ ਨਾਲ ਜਾਰੀ ਲਾ ਲਿਆ ਆਪਾਂ ਭੁੱਲਦੇ ਹੈ ਵੀ ਭਾਰੀ ਆ। ਹਾਂਜੀ, ਗਿਫਟ ਵੀ ਬਾਈ ਨੇ ਦਿਲੋਂ ਦਿੱਤਾ, ਚੀਜ਼ਾਂ ਤੋਂ ਯਾਦ ਕੀਤਾ ਜਾਂਦਾ, ਵੈਸੇ ਯਾਦ ਰੱਖਦੇ ਆ ਜੇ ਕੋਈ ਬਾਈ ਆਪਣੇ ਆ ਗੁਣ ਕਰਦਾ। ਬਿਲਕੁਲ ਬਿਲਕੁਲ ਬਾਈ, ਬੰਦਾ ਹੀ ਉਹ ਆ ਜਿਹੜਾ ਕਿਸੇ ਦਾ ਗੁਣ ਨਾ ਭੁੱਲੇ ਹਨਾ। ਬਿਲਕੁਲ, ਬਾਕੀ ਅੱਜ ਕੱਲ੍ਹ ਦੀ ਦੁਨੀਆ। ਬਾਕੀ ਬਾਈ ਗੁੱਜਰ ਸਾਹਿਬ ਨੂੰ ਵੀ ਮੈਂ ਬਹੁਤ ਧੰਨਵਾਦ ਕਰਦਾ, ਆਪਣੀ ਵੀਡੀਓ ਚੈਨਲ ਦੀ ਟੀਮ ਵੱਲੋਂ ਵੀ ਧੰਨਵਾਦ ਕਰਦਾ ਕਿ ਬਾਈ ਹੋਣਾ ਨੇ ਜਿਹੜਾ ਤੁਹਾਡੇ ਰੱਸਾ ਝੋਲੀ ਪਾਇਆ ਨਾ ਬਛੇਰੇ ਦਾ, ਉਹ ਵੀ ਬਾਈ ਜ਼ਬਰਦਸਤ ਹੈ, ਤੇ ਇੱਕ ਦਿਨ ਤੁਹਾਡਾ ਚੰਗਾ ਨਾਂ ਕਰੂਗਾ ਉਹ ਬਛੇਰਾ ਵੀ। ਅੱਜ ਰੱਖ ਦਈਏ ਮਕਰੇ ਨੂੰ ਆਪਾਂ। ਅੱਛਾ, ਇਹ ਫਿਰ ਬੱਚਾ ਬਾਈ ਹੋਣਾ ਨੇ ਕਦੋਂ ਖੜਨਾ ਤੁਹਾਡੇ ਤੇ, ਕੋਈ ਭਵੀ ਪਲੈਨਿੰਗ? ਹਾਂਜੀ, ਅਜੇ ਨਹੀਂ ਕੋਈ ਪਲੈਨਿੰਗ ਹੋਈ। ਅੱਛਾ, ਬਾਜੀ ਉਹਨਾਂ ਨੂੰ ਪਤਾ ਹੋਊਗਾ ਜਿੱਦਾਂ ਉਹਨਾਂ ਕਿਹਾ ਤਾਂ ਜੀ, ਉਦੋਂ ਚੜਾ ਦੂੰਗਾ। ਇਹ ਦਿੱਲੀ ਵੀ ਰਹਿੰਦੇ ਹਨਾ ਬਾਈ, 3 ਕੁ ਮਹੀਨੇ ਦੇ ਪਹਿਲਾਂ ਇਹਨਾਂ ਦਾ ਮੈਡੀਕਲ ਵੀ ਹੁੰਦਾ, ਪਾਸਪੋਰਟ ਬਣਦਾ ਹੈ, ਪਾਸਪੋਰਟ ਦਿੱਲੀ ਉੱਥੋਂ ਜਾਣਾ ਜੀ ਫਿਰ ਉੱਥੋਂ। ਤੇ ਇਹ ਬੱਚਾ ਸੱਜਣੋਂ ਹੈਗਾ ਸਿਕੰਦਰ ਦਾ, ਬਾਈ ਡੈਨੀ ਔਲਖ ਨੇ ਜਿੱਦਾਂ ਬਾਈ ਬਘੇਲ ਨੇ ਦੱਸਤਾ ਵੀ ਉਹਨਾਂ ਨੇ ਉਹਨਾਂ ਦੀ ਇਮਾਨਤ ਹੀ ਖੜਾ ਹੈ ਆਪਣੇ ਕੋਲ, ਆਪਣੇ ਕੋਲ ਉਹਨਾਂ ਦੀ ਮਾਨਤਾ ਵੀ। ਬਹੁਤ ਸੋਹਣਾ ਰਿਜ਼ਲਟ ਹੈ ਸਿਕੰਦਰ ਦਾ, ਇੱਦਾਂ ਦੇ ਹੀ ਰਿਜ਼ਲਟ ਹੋਰ ਵੀ ਨੇ, ਉਹ ਵੀ ਤੁਹਾਨੂੰ ਅਸੀਂ ਵਿਖਾਤੇ ਆ। ਬਾਕੀ ਫਿਰ ਤੋਂ ਕਹਿੰਦਾ ਹੈ ਵੀ ਇੰਨੇ ਵਧੀਆ ਇਨਸਾਨ ਨੇ, ਵਧੀਆ ਪਰਿਵਾਰ ਹੈ, ਸਾਫ਼ ਸੁਥਰਾ ਕੰਮ ਹੈ, ਇਹਨਾਂ ਨਾਲ ਤੁਸੀਂ ਇੱਕ ਵਾਰੀ ਗੱਲਬਾਤ ਕਰਕੇ ਦੇਖਿਓ, ਤੁਹਾਡਾ ਆਪੇ ਹੀ ਮਨ ਇਹਨਾਂ ਨਾਲ ਰਚ ਜਾਣਾ ਅਤੇ ਘੋੜੀ ਭਰਾਉਣੀ ਹੈ। ਅਤੇ ਫਿਰ ਕਹਿੰਦਾ ਵੀ 31,000 ਰੁਪਈਆ ਸਿਰਫ ਫੀਸ ਹੈ, ਤੁਸੀਂ ਸਿਕੰਦਰ ਤੋਂ ਭਰਾ ਸਕਦੇ ਹੋ। ਅੱਛਾ ਬਾਈ, ਹੁਣ ਆ ਜਾਈਏ ਆਪਾਂ ਵੱਡੇ ਸਟਾਲੀਅਨ ਤੇ, ਜਿਹੜੀ ਨਵਾਂ ਲਿਆਇਓ ਵੀ। ਹਾਂਜੀ, ਉਹ ਸਟਾਲੀਅਨ ਉਹ ਉਹ ਕਿਹੜੇ ਘੋੜੇ ਦਾ ਜੀ? ਉਹ ਬਿੱਲੇ ਘੋੜੇ ਦਾ ਜੀ, ਬਿੱਲਾ ਲੈਣ ਦਾ ਜਿਹੜਾ ਬਿੱਲਾ ਘੋੜਾ ਨਹੀਂ ਵੱਡਾ। ਹਾਂਜੀ, ਜਿਹੜਾ ਰਾਜਸਥਾਨ ਚਲੇ ਗਿਆ ਸੀ, ਉਹ ਵੀ ਮਹਿੰਗਾ ਵਿਕਿਆ ਸੀ, 20 ਲੱਖ ਦਾ ਵਿਕਿਆ ਸੀ ਉਦੋਂ, ਉਹ ਕਾਫੀ ਟਾਈਮ ਪਹਿਲਾਂ ਵਿਕਿਆ ਸੀ। ਹਾਂ, ਉਦੋਂ ਮੇਰੇ ਖਿਆਲ ਸੋਸ਼ਲ ਮੀਡੀਆ ਦਾ ਵੀ ਕੋਈ ਦੌਰ ਉਦੋਂ ਇੰਨਾ ਨਹੀਂ ਸੀ ਹੁੰਦਾ, ਕਿਉਂਕਿ ਸੋਸ਼ਲ ਮੀਡੀਆ ਕਰਕੇ ਬਹੁਤ ਟੌਪ ਤੇ ਸੀ ਉਦੋਂ, ਕੀਮਤਾਂ ਵਧੀਆ ਐ, ਪਰ ਜਿਹੜਾ ਪਹਿਲਾਂ ਬਿਨਾ ਉਹਦੇ ਐਡਵਰਟਾਈਜ਼ਮੈਂਟ ਤੋਂ ਵੇਖਿਆ ਉਹ ਘੋੜਾ ਤਕੜਾ ਸੀ, ਬਹੁਤ ਤਕੜਾ ਘੋੜਾ। ਹਾਂ, ਅੱਛਾ ਇਹ ਆਪ ਕਿੰਨੇ ਚਿਰ ਦਾ ਜੀ? ਇਹ ਵੀ 5 ਸਾਲ ਉਮਰ ਹੈ, 5 ਸਾਲਾਂ ਦਾ। ਤੇ ਇਹਦੀ ਹਾਈਟ ਕਿੰਨੀ ਐ ਇਸ ਟਾਈਮ? ਇਹ 66 ਇੰਚ ਹੈ ਜੀ, 66 ਇੰਚ। ਤੇ ਇਹਦੇ ਰਿਜ਼ਲਟ ਵਗੈਰਾ ਨਹੀਂ ਜੀ, ਆਪਾਂ ਛੱਡਿਆ ਇੱਥੇ ਆਣ ਕੇ, ਪਹਿਲਾਂ ਪਿੱਛੋਂ ਰਿਜ਼ਲਟ ਨਹੀਂ ਆ ਤੁਸੀਂ? ਨਹੀਂ ਨਹੀਂ, ਪਿੱਛੇ ਨਹੀਂ ਛੱਡਿਆ। ਇਹਦੀ ਮਾਂ ਦੀ ਗੱਲ ਕਰਾਂ ਬਘੇਲ ਵੀਰ, ਤੇ ਮਾਂ ਦਾ ਪਤਾ ਕੁਝ ਨਹੀਂ ਜੀ ਆਪਾਂ ਨੂੰ ਇਹਦੀ ਮਾਂ ਦਾ? ਨਹੀਂ ਨਹੀਂ, ਉਹ ਹੈ ਇਹ ਵੀ ਚੰਗਾ ਧੌਣ ਬਹੁਤ ਵੱਡਾ ਵਾਲਾ, ਕੁਆਲਿਟੀ ਚੰਗੀ ਆ, ਘੋੜਾ ਚੰਗਾ ਵਾ, ਤੇ ਆਪਾਂ ਦਾ ਕੁਆਲਿਟੀ ਵੇਖ ਕੇ। ਮੈਂ ਮੋਟੀ ਜੀ ਗੱਲ, ਜਿੱਦਾਂ ਤੁਹਾਡੀ ਗੱਲ ਚੋਂ ਗੱਲ ਨਿਕਲਦੀ ਹੈ, ਜੇ ਤੁਸੀਂ ਫਾਰਮ ਦੀ ਸ਼ਾਨ ਬਣਾਇਆ ਇੱਥੇ ਲਿਆਂਦਾ ਪੈਰ ਪਵਾਇਆ ਵਿਹੜੇ 'ਚ, ਤੇ ਕਿਹੜੀ ਕੁਆਲਿਟੀ ਤੁਹਾਨੂੰ ਦਿਲ ਨੂੰ ਲੱਗੀ ਵੀ ਨਹੀਂ ਇਹ ਵੀ ਖੜਨਾ? ਜਦੀ ਬਾਡੀ ਜਿਆਦਾ ਚੰਗੀ ਇਹਦੀ, ਭਾਰਾ ਬੜਾ ਹਨਾ, ਭਾਰਾ ਸਕੀਨ ਜ਼ਿਆਦਾ, ਪਿੱਠ ਪੁੜਾ ਬੜਾ ਜ਼ਬਰਦਸਤ ਹੈ, ਧੌਣ ਜਿੱਦਾਂ ਮੈਂ ਕਿਹਾ ਵੀ ਕੁੰਡੀ ਹੈ, ਬਹੁਤ ਸੋਹਣੀ ਹੈ ਸਭ, ਕੰਨ ਕਨੌਤੀ ਬੜਾ ਚੰਗਾ ਹੈ, ਮੂੰਹ ਦੀ ਪ੍ਰੋਫਾਈਲ ਬੜੀ ਤਿੱਖੀ ਹੈ ਹਨਾ। ਉਹ ਭਾਈ ਉਹ ਚੀਜ਼ ਤਾਂ ਤੁਹਾਨੂੰ ਮੈਂ ਪਹਿਲਾਂ ਦੱਸਾਂ, ਕੋਈ ਵੀ ਚੀਜ਼ ਉਹਨੇ ਆਪਣਾ ਆਪ ਹੀ ਨਾ ਬਣਾਉਣਾ ਵਾ, ਪਿਓ ਦਾਦਿਆਂ ਦਾ ਤਾਂ ਚਲੋ ਸਿਕੰਦਰ ਤੇ ਆਪਣਾ ਮਾਰਦਾ ਚੁੱਕ ਚੁੱਕ ਕੇ ਹਨਾ, ਬਹੁਤ ਜ਼ਿਆਦਾ ਸ਼ਰੀਫ ਹੈ ਘੋੜਾ। ਤੇ ਇਹਦਾ ਹੁਣ ਸਰਵਿਸ ਵਗੈਰਾ ਦੇ ਰਹੇ ਹਾਂ ਜੀ? ਹਾਂਜੀ ਹਾਂਜੀ। ਇਹਦੀ ਕੀ ਰੱਖੀ ਸੀ? 30,000 ਰੁਪਈਆ। ਇਹਦੀ ਵੀ 30,000 ਰੁਪਈਆ। ਲੈ ਵੀ ਸੱਜਣੋ, ਇਹਦਾ ਨਾਂ ਕੀ ਹੈ? ਰੁਸਤਮ। ਰੁਸਤਮ, ਲੈ ਵੀ ਰੁਸਤਮ ਘੋੜਾ ਹੈ, ਬਿੱਲੇ ਘੋੜੇ, ਕਿਹੜਾ ਕਿਹੜੀ ਲਾਈਨ ਦਾ? ਸੂਰੇ ਵਾਲੀ ਲਾਈਨ ਦਾ ਜਿਹੜਾ ਘੋੜਾ ਬਿੱਲਾ, ਇਸ ਟਾਈਮ ਰਾਜਸਥਾਨ ਵੇਖ ਕੇ ਗਿਆ ਸੀ ਜਿਹੜਾ, ਪਹਿਲਾਂ ਕਾਫੀ ਟਾਈਮ ਬਾਈ ਨੇ ਦੱਸਿਆ, ਉਹ ਘੋੜੇ ਦਾ ਪੁੱਤ ਹੈ ਜੀ।
ਤੇ ਹਾਈਟ ਇਹਦੀ ਦੱਸੀ 66 ਇੰਚ ਤੇ 5 ਸਾਲ ਉਮਰ ਹੈ। ਬਾਕੀ ਇਹਦੇ ਤੋਂ ਵੀ ਘੋੜੀ ਭਰਾਉਣੀ ਆ ਤੇ ਤੁਸੀਂ ਭਾਈ ਆਪਣਾ ਭਰਾ ਸਕਦੇ ਹੋ। ਅੱਛਾ ਬਈ ਥੋੜਾ ਡਿਫਰੈਂਟ ਨਹੀਂ ਲੱਗਦਾ ਵੀ ਇੱਕ ਬੰਦਾ ਮੰਨ ਲਓ ਮੈਂ ਘੋੜੀ ਭਰਾਉਣੀ ਆ, ਇੱਕ ਪਾਸੇ ਸਿਕੰਦਰ 31,000 ਚ ਸਿਕੰਦਰ ਦੇ ਰਿਜ਼ਲਟ ਮਗਰ ਖੜੇ ਆ, ਇਹਦੇ ਰਿਜ਼ਲਟ ਨਹੀਂ ਹਜੇ ਆਏ, ਤੁਸੀਂ ਵੇਖੇ ਨਹੀਂ, ਫਿਰ ਫੀਸ ਸਾਵੀਂ ਰੱਖਣ ਦਾ ਕਿਵੇਂ ਪਲਾਨਿੰਗ ਆਈ? ਇਹਦੇ ਤੋਂ ਕੋਈ ਘੋੜੀ ਭਰਾਊਗਾ ਤੇ ਉਹਦਾ ਕਾਰਨ ਕੀ ਹੋਊਗਾ? ਇਹਦੇ ਤੋਂ ਤਕਰੀਬਨ ਜ਼ਿਆਦੀਆਂ ਸਿਕੰਦਰ ਦੀਆਂ ਬੱਚੀਆਂ ਹੀ ਭਰਾਈਆਂ। ਇਹਦੀ ਲਾਈਨ ਡਿਫਰੈਂਟ ਹੈ? ਹਾਂਜੀ, ਇੱਕ ਇਹਦੀ ਲਾਈਨ ਚੰਗੀ ਹੈ, ਬਾਕੀ ਇਹਦੀ ਬਾਡੀ ਚੰਗੀ ਆ। ਸਿਕੰਦਰ ਤੋਂ ਵੀ ਲੋਕ ਮਿਲਾਉਂਦੇ ਆ, ਪਰ ਇਹਨੂੰ ਵੀ ਚਾਹ ਦਿੰਦੇ ਆ ਲੋਕ, ਮਿਲਾਉਂਦੇ ਆ ਨਾ, ਇੱਥੇ ਵੀ ਇਹਨੂੰ ਵੀ ਸਲਾਉਂਦੇ ਆ। ਹਾਂਜੀ, ਬਾਕੀ ਚੀਜ਼ 'ਚ ਫਰਕ ਕੋਈ ਨਹੀਂ, ਰਿਜ਼ਲਟ ਇਹ ਵੀ ਟੌਪ ਹੀ ਕੱਢੂਗਾ। ਚਲੋ ਸ਼ੁਕਰ ਹੈ ਮਾਲਕ ਦਾ, ਮਿਹਨਤ ਤੁਹਾਡੀ ਨੂੰ ਸਲਾਮ ਹੈ। ਬਾਕੀ ਹੋਰ ਕੋਈ ਗੱਲਬਾਤ ਬਾਈ? ਸਵਾਗਤ ਹੈ ਵੀਰ। ਸਭ ਤੋਂ ਪਹਿਲਾਂ ਵੀਰ ਜੀ ਧੰਨਵਾਦ ਤੁਹਾਡਾ। ਹੋਰ ਕਹਿ ਮੋ ਚੜ੍ਹਦੀ ਕਲਾ ਹੋਰ ਰਿਪੋਰਟਾਂ ਕਹਿੰਦੇ ਵੀ ਯਾਰੀ ਨੂੰ ਵਾਵਾ ਟਾਈਮ ਹੋ ਗਿਆ, ਔਖੇ ਸੌਖੇ ਠੰਡੀਆਂ ਤੱਤੀਆਂ ਵਾਵਾਂ ਵੀ ਕਿਹੜਾ ਸਭ ਕੁਝ ਚੱਲ ਗਿਆ ਤੇ ਘੋੜਿਆਂ ਦੇ ਵਿੱਚ ਕਿੱਦਾਂ ਤੁਸੀਂ ਵੀ ਰੱਖਿਆ? ਅਸੀਂ ਅੱਜ ਮੈਂ ਤੁਹਾਨੂੰ ਚਲੋ ਗੱਲ ਜੋ ਵੀ ਹੈ ਨਾ, ਆਪਾਂ ਆਪਾਂ ਨੂੰ ਇੱਥੋਂ ਤੱਕ ਪਹੁੰਚਾਉਣ ਵਾਲਾ ਬੰਦਾ ਹੈ, ਮਾਣ ਆ ਬੰਦੇ ਸ਼ੇਰੂ ਤੋਂ ਮਿਲਾਉਂਦੇ ਰਹੇ। ਬਸ ਸ਼ੇਰੂ ਤੋਂ ਮੁੜ ਕੇ ਵੀ ਕਿਤੇ ਵੀ ਗਏ, ਫਿਰ ਸ਼ੇਰੂ ਵੇਚਿਆ, ਫਿਰ ਅਸੀਂ ਮਿੱਡੇ ਵਾਲੇ ਘੋੜੇ ਤੋਂ ਭਰਾਈ ਜੀ, ਤੇ ਉਹ ਤੋਂ ਬਾਅਦ ਹੁਣ ਤੇ ਮੰਨ ਲਾ ਕੋਈ ਫਰਕ ਹੀ ਨਹੀਂ ਹੈ ਜੀ ਹੁਣ ਤੇ, ਇੱਕ ਹੀ ਆ ਕਰਕੇ ਕਦੀ ਨੀ ਇਹ ਗੱਲ ਸੋਚੀ ਵੀ ਆ ਕਰ ਇੱਕ ਹੀ ਬੜੂਆ, ਇੱਕ ਹੀ ਘਰ ਤੇ ਇੱਕ ਹੀ ਬੜੂਆ, ਅਜ ਤੱਕ ਮਹਾਰਾਜ ਦੀ ਕਿਰਪਾ ਹੈ। ਇੱਕ ਮੰਨ ਲਾ ਇੱਕ ਪੈਸੇ ਦਾ ਵੀ ਫਰਕ ਨਹੀਂ, ਬਾਈ ਦਾਦਾ ਜੀ ਕਹਿੰਦਾ ਬਾਈ ਅਸੀਂ 12-14 ਸਾਲ ਹੋ ਗਏ ਇਕੱਠਿਆਂ ਨੂੰ, ਕਦੇ ਹਿਸਾਬ ਹੀ ਨਹੀਂ ਕਰਿਆ। ਨਾ ਜੀ ਨਾ, ਕਦੀ ਨਹੀਂ। ਹਾਂਜੀ ਚਲੋ ਸ਼ੁਕਰ ਹੈ। ਤੇ ਬਾਈ ਜਿੱਦਾਂ ਨਵੇਂ ਭਰਾ ਘੋੜੇ ਰਚਾਉਣਾ ਚਾਹੁੰਦੇ ਆ, ਵਿਹਦੇ ਆ, ਦਿਮਾਗ 'ਚ ਕਈ ਗੱਲਾਂ ਆਉਂਦੀਆਂ, ਸਭ ਤੋਂ ਵੱਡੀ ਗੱਲ ਤੇ ਆ ਵੀ ਜਦੋਂ ਮੰਨ ਲਓ ਆਪਾਂ ਕਈ ਵਾਰ ਧੀ ਪੁੱਤ ਗੱਭਰੂ ਹੁੰਦਾ ਹੈ ਜੀ, ਤੇ ਗਲਤ ਦਾ ਤੁਰ ਪੈਂਦਾ ਹੈ, ਨਸ਼ਿਆਂ ਵਾਲੇ ਦਾ ਤੁਰ ਪੈਂਦਾ, ਹੋਰ ਵੀ ਕਈ ਬੰਦਾ ਮਾੜੇ ਚੰਗੇ ਕੰਮ ਕਰਦਾ ਹੈ, ਪਰ ਜਿਹੜਾ ਘੋੜਾ ਘੋੜੀ ਰੱਖਦਾ ਨਾ ਉਹ ਗਲਤ ਦਾ ਨਹੀਂ ਜਾਂਦਾ, ਉਹ ਕੋਈ ਮਹਾਰਾਜ ਦੀ ਕਿਰਪਾ ਹੁੰਦੀ ਹੁੰਦੀ ਆ। ਤੇ ਕਦੇ ਵੀ ਬੰਦੇ ਦੇ ਮਨ 'ਚ ਖਿਆਲ ਹੀ ਨਹੀਂ ਆਊਗਾ ਵੀ ਮੈਂ ਗਲਤ ਕੰਮ ਕਰਾਂ ਜਾਂ ਮੈਂ ਕੋਈ ਨਸ਼ੇ ਪੱਤੇ ਵੱਲ ਜਾਵਾਂ, ਇਹ ਚੀਜ਼ ਹੱਲ ਨਹੀਂ। ਬਾਕੀ ਯਾਰ ਮੈਂ ਹਿਸਾਬ ਲਾਇਆ ਬਗੇਲ ਵੀਰ ਜਿੱਦਾਂ ਤੁਸੀਂ ਵੀ ਕੌਡੀ ਖੇਡਦੇ ਹੋ, ਉਹਦਾ ਜਿਮ ਤਾਂ ਤੁਹਾਡਾ ਇੱਥੇ ਲਵਾਤਾ ਇਹਨੇ 10 ਮਿੰਟਾਂ ਦੀ। ਬਾਕੀ ਆਪਾਂ ਤਾਂ ਬਾਈ ਮੈਂ ਤਾਂ ਧਿਆਨ ਜਾਣਾ ਹੀ ਨਹੀਂ ਤੇ ਚੰਗੇ ਬਰੀਡਰਾਂ ਨੂੰ, ਕਿਤੇ ਵੀ ਬੈਠਾ ਨਾ ਬੰਦਾ ਉਹਦਾ ਧਿਆਨ ਪਿੱਛੇ ਹੋਊਗਾ ਵੀ ਮੇਰੇ ਯਾਰ ਘਰੇ ਘੋੜੀ ਆ, ਮੇਰੇ ਘਰੇ ਘੋੜਾ ਹੈ, ਉਹਨੂੰ ਪਾਣੀ ਡਾਇਆ ਹੈ, ਕਿਉਂਕਿ ਜਦੋਂ ਵੀ ਆਪਾਂ ਕਿਤੇ ਵੀ ਬਹਿੰਦੇ ਆ ਫਿਰ ਇਹਦੇ ਵਿੱਚ ਚੰਗੇ ਤੋਂ ਚੰਗੇ ਬੰਦੇ ਨੂੰ ਵਾਹ ਪੈਣਾ, ਟਾਈਮ ਹੀ ਨਹੀਂ ਮਿਲਦਾ ਇਹਨਾਂ 'ਚ ਕੋਈ ਕਿਤੇ ਜਾਣ ਦਾ। ਚਾਰ ਛਿੱਲੜ ਪੱਲੇ ਪੈਂਦੇ ਆ ਬਾਈ, ਮਿਹਨਤ ਕੀਤੀ ਬਾਈ ਪੈਂਦੇ ਆ ਜੀ, ਬਾਕੀ ਜੇ ਹੱਕ ਖਾਈਏ ਤਾਂ ਫਿਰ ਤਾਂ ਕੋਈ ਐਡਾ ਨਹੀਂ, ਜੇ ਠੱਗੀਆਂ ਮਾਰੀਏ ਫਿਰ ਤਾਂ ਬਹੁਤ ਕੁਝ, ਪਰ ਆਪਾਂ ਤਾਂ ਇਹਨੇ ਕਹਿਣਾ ਤਾਂ ਕੜਾ ਕਰੋ ਜੀ, ਸਹੀ ਚੱਲੋ, ਸਹੀ ਕਰੋ, ਸਹੀ ਕੰਮ ਕਰੋ, ਤੇ ਇਹ 'ਚ ਚੰਗੀ ਬਰੀਡ ਬਣਾਓ, ਚੰਗੇ ਚੌਂਕ ਪਾਓ ਲੋਕਾਂ ਨੂੰ, ਇਹਨੂੰ ਮੇਲੇ ਕਰਾਓ, ਦੌੜਾਂ ਕਰਾਓ, ਆਪਣੇ ਹੁਣ ਮਾਝੇ 'ਚ ਜਮ੍ਹਾਂ ਕੰਮ ਪਾਉਂਦੇ ਆ, ਇਹ ਚੀਜ਼ ਪਾਓ ਕਿ ਲੋਕਾਂ ਨੂੰ ਹੋਰ ਸ਼ੌਂਕ ਪਾਓ ਹੋਊਗਾ ਆਪਣਾ, ਤੇ ਫਿਰ ਹੀ ਇਹ ਗੱਲਾਂ ਹੋ ਸਕਦੀਆਂ। ਹਾਂਜੀ ਹਾਂਜੀ, ਬਾਕੀ ਜੀ ਘੋੜੇ ਹੋ ਗਏ ਜ਼ਿਆਦਾ, ਹੁਣ ਘੋੜੀ ਘੱਟ ਆ, ਘੋੜੇ ਜ਼ਿਆਦਾ, ਚਲੋ ਇਹ ਵੀ ਚੰਗੀ ਗੱਲ ਹੈ, ਘੋੜੇ ਜ਼ਿਆਦਾ ਘੋੜਿਆਂ ਦੇ ਨਾਲ ਹੀ ਆਪਣੇ ਇਹਦੇ 'ਚ ਇਹ ਆ ਕਿ ਆਪਾਂ ਨੂੰ ਇਹਦੇ 'ਚ ਇਹ 'ਚ
ਬਰੀਡਿੰਗ ਤੋਂ ਇਲਾਵਾ ਆਪਾਂ ਨੂੰ ਇਹਦੇ ਰੇਸਾਂ ਜਾਂ ਦੌੜਾਂ ਚਾਲਾਂ ਇਹ ਮੇਲੇ ਕਰਾਉਣੇ ਚਾਹੀਦੇ, ਘੋੜੇ ਹੋਰ ਰੱਖ ਸ਼ੌਕ ਪੈਣ ਜੀ। ਹਾਂ ਬਾਕੀ ਮੈਂ ਇਹ ਸਮਝਦਾ ਬਾਈ ਵੀ ਹਜੇ ਤਾਂ ਸ਼ੁਰੂਆਤ ਹੈ, ਹਜੇ ਤਾਂ ਬਹੁਤ ਵੱਡੇ ਵੱਡੇ, ਅਸੀਂ ਬਾਹਰ ਅੰਦਰ ਜਾਂਦੇ ਹਾਂ ਨਾ ਸਾਨੂੰ ਪਤਾ ਵੀ ਬਹੁਤ ਵੱਡੇ ਵੱਡੇ ਹੱਥਾਂ ਹੀ ਤੁੱਕੀ ਬੈਠੇ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸਾਡੇ ਤੋਂ ਮਾਇਆ ਕਿੰਨੀ ਕਿ, ਉਹ ਵੀ ਘੋੜਿਆਂ 'ਚ ਆਉਣ ਨੂੰ ਫਿਰ ਆਉਂਦੇ ਆਉਂਦੇ, ਉਹ ਵੀ ਹਜੇ ਵੀ ਸ਼ੁਰੂਆਤ ਹੈ, ਇਹ ਤਾਂ ਬਹੁਤ ਦੂਰ ਤੱਕ ਜਾਣੀ ਹੈ ਦੁਨੀਆਂ ਘੋੜੇ ਦੀ। ਸੋਹਣਾ ਜੱਸਾ ਪੱਟੀ ਹੈ ਪਹਿਲਵਾਨ, ਹਾਂ ਕਿੱਡਾ ਨਾਂ ਹੈ ਬਾਈ, ਨਾਮ ਬੜਾ, ਉਹ ਵੀ ਘੋੜਿਆਂ 'ਚ ਆਇਆ, ਇਨਸਾਨ ਵਧੀਆ, ਬਹੁਤ ਵਧੀਆ ਇਨਸਾਨ ਆ, ਉਹਨੇ ਵੀ ਹੁਣ ਫਾਰਮ ਬਣਾ ਲਿਆ ਆਪਣੇ ਘੋੜੇ ਵਾਲੇ ਨੂੰ, ਚਾਹੁੰਦਾ ਵੀ ਜਿੱਦਾਂ ਇਹ ਸਾਡੇ ਭਰਾ ਕੋਈ ਵੀ ਨਵਾਂ ਆਉਂਦਾ ਤੇ ਬਾਬਾ ਖਿਲਾਰ ਕੇ ਉਹਦਾ ਸਵਾਗਤ ਸਵਾਗਤ ਕਰਦੇ ਹਨਾ, ਆਪਣੇ ਤੋਂ ਉਹੀ ਭਰਾ ਹੱਥਾਂ 'ਤੇ ਚੁੱਕ ਲੈਂਦੇ ਵੀ ਨਵੇਂ ਭਰਾ ਨੂੰ ਵੀ। ਹਾਂਜੀ ਨਹੀਂ ਬਾਕੀ ਭਾਈ ਇਹਨਾਂ ਜਾਨਵਰਾਂ ਨੇ ਜੋ ਵੀ ਜਾਨਵਰ ਸਾਡੇ ਘਰ 'ਚ ਆਇਆ ਨਾ ਸਾਡੇ ਕੋਈ ਨਾ ਕੋਈ ਸਿਖਾ ਕੇ ਗਿਆ, ਬਿਲਕੁਲ ਕੋਈ ਨਾ ਕੋਈ ਦੇ ਕੇ ਗਿਆ, ਕੋਈ ਸਿਖਾ ਕੇ ਗਿਆ, ਜੇ ਕਿਸੇ ਵੀ ਇਨਸਾਨ ਨੂੰ ਮਿਲਦੇ ਰਹੇ ਕੋਈ ਨਾ ਕੋਈ ਸਿੱਖਣ ਨੂੰ ਮਿਲਿਆ ਤੂੰ ਜੀ, ਜੇ ਸਿੱਖੀਏ ਤਾਂ ਬੜਾ ਕੁਝ। ਹਾਂਜੀ ਘੋੜੀਆਂ ਨੂੰ ਕੋਈ ਦਿੱਕਤ ਨੀ ਆਊਗੀ, ਘੋੜੀ ਰਹਿ ਵੀ ਜਾਵੇ ਕੋਈ ਫਿਰ ਆਪਣੇ। ਹਾਂਜੀ ਆ ਜਾਂਦੀਆਂ ਪਰ ਆਪਾਂ ਜਿੱਥੇ ਰਿਸਪੈਕਟ ਹੀ ਕਰਦੇ ਹਾਂ ਕਿ ਘੋੜੇ ਚਾਰ ਆ, ਜੇ ਬਾਈ ਕੋਈ ਘੋੜੀ ਵਾਪਸ ਲੈ ਜਾਏ ਵਧੀਆ ਹੀ ਆ, ਕੋਈ ਚੱਕਰ ਨੀ, ਰੋਕ ਵੀ ਲਈ ਦੀ ਆ, ਕਰ ਲਈਦਾ ਵਾ ਕਾ ਬਾਕੀ ਮਹੀਨੇ ਕੁ ਤੰਗੀ ਹੈਗੀ ਆ ਆਪਾਂ ਨੂੰ, ਫਿਰ ਕੋਈ ਚੱਕਰ ਨੀ ਆਪਾਂ ਨੂੰ, ਬਾਕੀ ਜਾਨਵਰ ਜਿੱਦਾਂ ਦਾ ਕੋਈ ਛੱਡ ਕੇ ਜਾਊਗਾ ਉਦਾਂ ਦਾ ਲੈ ਜਾਂਦਾ। ਹਾਂ ਉੱਨੀ ਨੀ ਹੁੰਦੀ ਦਾ। ਹਾਂਜੀ ਬਸ ਬਈ ਆਪਾਂ ਸਾਰਿਆਂ ਨੂੰ ਇਹੋ ਮੈਸੇਜ ਦਿੰਦੇ ਹਾਂ ਕਿ ਵਧੀਆ ਕਰੋ, ਵਧੀਆ ਕੰਮ ਕਰੋ, ਵਧੀਆ ਹੀ ਚਲਾਓ, ਚੰਗੇ ਘੋੜੇ ਰੱਖੋ, ਘੋੜੀਆਂ ਰੱਖੋ, ਤੇ ਚੰਗਾ ਕਰੋ, ਸਾਫ਼ ਸੁਥਰਾ ਕੰਮ ਕਰੋ ਤੇ ਹਰ ਇੱਕ ਨੂੰ ਵਧਾਓ। ਹਾਂਜੀ ਤੇ ਬਾਕੀ ਕੋਈ ਗੁਰੂ ਘਰ ਦੀ ਘੋੜੀ ਹੋਵੇ ਜੇ ਐਨ ਕੋਈ ਫੀਸ ਨੀ, ਗੁਰੂ ਘਰ ਦੀ ਘੋੜੀ ਕੋਈ ਫੀਸ ਨੀ, ਤੇ ਜਿਵੇਂ ਮਰਜ਼ੀ ਕੋਈ ਜਿਹੜੇ ਮਰਜ਼ੀ ਘੋੜੇ ਦਾ ਮਾਰਾ। ਘੋੜੇ ਵਿਖਾਇਆ ਬਾਈ ਦੇ ਤਿੰਨ ਟੌਪ ਸਟਾਰੀਅਨ, ਇੱਕ ਵਿਖਾਇਆ ਬੱਚਾ ਜਿਹੜਾ ਇਹਨਾਂ ਦੇ ਕੋਲ ਹੈ ਡੈਨੀ ਔਲਖ ਬਾਈ ਵਾਲਾ, ਤੇ ਬਾਕੀ ਰਿਜ਼ਲਟ ਵਿਖਾਇਆ ਸਿਕੰਦਰ ਦੇ, ਕਿਵੇਂ ਲੱਗੇ, ਕਿਵੇਂ ਗੱਲਾਂ ਬਾਤਾਂ ਲੱਗੀਆਂ, ਕਿਵੇਂ ਪਰਿਵਾਰ ਦੇ ਜਿਹੜੇ ਇਹਨਾਂ ਦੇ ਬਲਬਲੇ ਆ ਉਹ ਕਿਵੇਂ ਲੱਗੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਤੇ ਦੋ ਕੰਮ ਫੇਰ ਕਹਿਣਾ ਕਰ ਦਿਓ, ਇੱਕ ਤਾਂ ਬਾਈਆਂ ਨੂੰ ਵਧਾਈ ਦੇ ਦਿਓ ਨਵੇਂ ਘੋੜਿਆਂ ਦੀ ਵੀ ਦੇ ਦਿਓ ਵਧਾਈ, ਸਿਕੰਦਰ ਕਿਵੇਂ ਲੱਗਾ ਉਹਦੀ ਵਧਾਈ ਵੀ ਦੇ ਦਿਓ, ਉਹਦੇ ਬੱਚੇ ਕਿਵੇਂ ਲੱਗੇ ਉਹਦੇ ਬਾਰੇ ਵੀ ਦੱਸ ਦਿਓ, ਤੇ ਇੱਕ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਸਪੋਰਟ ਕਰਿਓ ਭਰਾਵਾਂ ਦੀ, ਬਹੁਤ ਵਧੀਆ ਇਨਸਾਨ ਆ, ਬਹੁਤ ਵਧੀਆ ਪਰਿਵਾਰ ਆ ਤੇ ਬਹੁਤ ਸਾਫ਼ ਸੁਥਰਾ ਕੰਮ ਕਰਦੇ ਆ, ਬਹੁਤ ਹੀ ਜਲਦ ਇੱਦਾਂ ਦੇ ਨਵੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਦੇ ਹਾਂ, ਉਹਨੇ ਸਮੇਂ ਦਿਓ ਜੀ ਸੁੱਖ ਸੰਦ ਨੂੰ ਇਜਾਜ਼ਤ, ਜਿਉਂਦੇ ਵਰਦੇ ਹਾਜ਼ਰ ਹੋ, ਸ਼ਬਕ ਹੈ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ, ਵਾਹਿਗੁਰੂ, ਓਕੇ ਸਰ ਜੀ, ਸ਼ੇਅਰ ਮਾਰ ਦਿਓ ਅਗਲੀ ਵੀਡੀਓ ਨਾਲ, ਬਹੁਤ ਹੀ ਜਲਦ ਮਿਲਦੇ ਹਾਂ, ਧੰਨਵਾਦ।